ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਇਸ ਪ੍ਰਕਾਰ ਜਬ ਸਤਗੁਰੂ ਮੱਖਣ ਕੋ ਬਹੁ ਬਾਰ ਧੀਰਮਲ ਕੀ ਵਸਤ ਸਭ ਫੇਰੋ ਕਰਤ ਉਚਾਰ ਇਸ ਪ੍ਰਕਾਰ ਜਬ ਸਤਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰਜਾਮੀ ਗਰੀਬ ਨਿਵਾਜ ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਛਲ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੇ ਸਰਗੁਣ ਸਰੂਪ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਹੋ ਕੇ ਸਤਸੰਗਤ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੋ ਰਿਹਾ ਹੈ ਆਓ ਹੁਣ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣੀਏ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਪਾਵਨ ਪਵਿੱਤਰ ਕਥਾ ਵਿਚਾਰ ਜਿਵੇਂ ਪਿਛੇ ਦੀਵਾਨ ਵਿੱਚ ਸਰਵਣ ਕਰਾਈ ਗਈ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉੱਪਰ ਧੀਰਮਲ ਵੱਲੋਂ ਗੋਲੀ ਚਲਾਈ ਗਈ ਔਰ ਸ਼ੀਹ ਮਸੰਦ ਰਾਹੀਂ ਗੁਰੂ ਘਰ ਦਾ ਸਾਜ-ਸਮਾਨ ਲੁੱਟ ਕੇ ਆਪਣੇ ਡੇਰੇ ਵਿੱਚ ਖੜਿਆ ਸਿੱਖਾਂ ਵੱਲੋਂ ਭਾਈ ਮੱਖਣ ਸ਼ਾਹ ਜੀ ਨੂੰ ਦੱਸਣ ਤੇ ਭਾਈ ਸਾਹਿਬ ਜੀ ਨੇ ਉਸ ਦੇ ਡੇਰੇ ਵਿੱਚੋਂ ਸਭ ਵਸਤੂਆਂ ਚੁੱਕ ਕੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਲਿਆ ਕੇ ਹਾਜ਼ਰ ਕੀਤੀਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਾਸ ਆਇਆ ਜਾਣ ਕੇ ਪੁੱਛਿਆ ਹੈ ਕਾਰਨ ਕਿ ਕਿਵੇਂ ਇਸ ਵਕਤ ਆਇਆ ਹੈ ਤਾਂ ਸਾਰੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਮੱਖਣ ਸ਼ਾਹ ਨੇ ਦੱਸੀ ਹੈ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੁਹਾਡੀ ਨਰਾਦਰੀ ਕੀਤੀ ਔਰ ਸਮਾਨ ਗੁਰੂ ਘਰ ਦਾ ਇਹ ਵਿੱਚੋਂ ਸਿੱਖਾਂ ਸੇਵਕਾਂ ਸੰਗਤ ਵੱਲੋਂ ਭੇਟਾ ਕੀਤਾ ਹੋਇਆ ਚੁੱਕ ਕੇ ਲੈ ਗਏ ਸੀ ਉਹ ਵੀ ਲਿਆਂਦਾ ਹੈ ਔਰ ਸ਼ੀਹ ਮਸੰਦ ਨੂੰ ਬੰਨ ਕੇ ਲਿਆਂਦਾ ਤੁਹਾਡੇ ਪਾਸ ਇਹ ਸੁਣ ਕੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਖਿਮਾ ਕਰਨ ਵਾਸਤੇ ਉਪਦੇਸ਼ ਦਿੱਤਾ ਹੈ ਵਚਨ ਕੀਤੇ ਕਿ ਜੋ ਵਸਤੂਆਂ ਨੇ ਉਹਨਾਂ ਕੋਲੋਂ ਲੈਂਦੀਆਂ ਐ ਉਹਨਾਂ ਨੂੰ ਮੋੜ ਕੇ ਆਓ ਸੁਣ ਕੇ ਭਾਈ ਮੱਖਣ ਸ਼ਾਹ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਹੜੇ ਇਹੋ ਜਿਹੇ ਆਪ ਹੁਦਰੇ ਲੋਕ ਹੁੰਦੇ ਐ ਧਨ ਧਨ ਦੇ ਲੋਭ ਕਰਕੇ ਕੋ ਕਰਮ ਕਰਦੇ ਐ ਉਹ ਦੰਡ ਦੇਣ ਦੇ ਯੋਗ ਹੁੰਦੇ ਨੇ ਇਹਨਾਂ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਇਹਨਾਂ ਨੂੰ ਜੇ ਸਜ਼ਾ ਨਾ ਦਿੱਤੀ ਜਾਵੇ ਤਾਂ ਫਿਰ ਇਹ ਕਦੇ ਵਾਸਤੇ ਵੀ ਪਾਪ ਕਰਨ ਤੋਂ ਔਰ ਜਿਹੜੇ ਵੀ ਕੋਈ ਮਸਤ ਸੁਭਾਅ ਵਿੱਚ ਰਹਿੰਦੇ ਆ ਕਿਸੇ ਨੂੰ ਕੁਝ ਆਖਦੇ ਨਹੀਂ ਸ਼ਿਮਾਂ ਕਰਦੇ ਨੇ ਉਨ੍ਹਾਂ ਉੱਪਰ ਧੱਕਾ ਕਰਨ ਤੋਂ ਇਹ ਕਦੇ ਵਾਸਤੇ ਬਾਜ ਨਹੀਂ ਆਉਂਦੇ ਗੁਰੇਜ਼ ਨਹੀਂ ਕਰਦੇ ਇਹਨਾਂ ਨੂੰ ਸਜ਼ਾ ਮਿਲੇ ਅਗਾਂ ਵਾਸਤੇ ਇਹਨਾਂ ਨੂੰ ਸਬਕ ਮਿਲ ਜਾਂਦਾ ਹੈ ਡਰ ਕਰਕੇ ਫਿਰ ਅੱਗੇ ਵਾਸਤੇ ਰੁਕੇ ਰਹਿੰਦੇ ਨੇ ਫਿਰ ਪਾਪ ਕਰਨ ਤੋਂ ਸੰਕੋਚ ਕਰਦੇ ਆ ਬੇਨਤੀਆਂ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਖਿਮਾ ਕਰਨ ਵਾਸਤੇ ਕਿਹਾ ਹੈ ਕਿ ਜਿਹੜਾ ਖਿਮਾ ਕਰਦਾ ਹੈ ਉਸ ਦੀ ਪਰਮੇਸ਼ਰ ਆਪ ਸਹਾਇਤਾ ਕਰਦਾ ਹੈ ਔਰ ਜਿਹੜਾ ਕੋਈ ਧਨ ਦੇ ਲੋਭ ਵਸ ਹੋ ਕੇ ਕਾਮਨਾ ਆਪਣੇ ਮਨ ਵਿੱਚ ਕਰਦਾ ਹੋਇਆ ਵਾਸ਼ਨਾ ਦੇ ਅਧੀਨ ਹੋ ਕੇ ਪਰਾਇਆ ਧਨ ਲੁੱਟਦਾ ਏ ਚੁਰਾਉਂਦਾ ਏ ਪਦਾਰਥਾਂ ਦਾ ਮੋਹ ਕਰਦਾ ਹੋਇਆ ਦੂਸਰਿਆਂ ਦਾ ਹੱਕ ਖਾਂਦਾ ਏ ਉਸ ਨੂੰ ਬਾਅਦ ਵਿੱਚ ਪਛਤਾਉਣਾ ਹੀ ਪੈਂਦਾ ਏ ਇਸ ਲਈ ਖਿਮਾ ਦਾ ਗੁਣ ਅਪਣਾਉਣਾ ਚਾਹੀਦਾ ਏ ਖਿਮਾ ਕਰਨ ਦਾ ਬਹੁਤ ਵੱਡਾ ਗੁਣ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਸੁਣਾਏ ਵਿਸਥਾਰ ਸਹਿਤ ਪਿਛਲੇ ਪ੍ਰਸੰਗ ਵਿੱਚ ਇਹ ਵਿਚਾਰ ਸਰਵਣ ਕਰਾਈ ਗਈ ਸੀ ਅੱਗੇ ਜਿਵੇਂ ਕਥਾ ਆ ਰਹੀ ਹੈ ਆਓ ਪ੍ਰੇਮ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਦੋਹਰਾ ਇਸ ਪ੍ਰਕਾਰ ਜਦ ਸਤਗੁਰੂ ਇਸ ਤਰ੍ਹਾਂ ਜਦੋਂ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮੱਖਣ ਕੋ ਬਹੁ ਬਾਰ ਭਾਈ ਮੱਖਣ ਸ਼ਾਹ ਜੀ ਨੂੰ ਬਹੁਤੀ ਵਾਰ ਬਚਨ ਸੁਣਾ ਕੇ ਸਮਝਾਇਆ ਧੀਰਮਲ ਕੀ ਵਸਤ ਸਭ ਜੋ ਧੀਰਮਲ ਦੀਆਂ ਸਭ ਵਸਤੂਆ ਹਨ ਫਿਰੋ ਕਰਤ ਉਚਾਰ ਉਹ ਉਸ ਨੂੰ ਮੋੜ ਦਿਓ ਜਿਹੜੀਆਂ ਵਸਤੂਆ ਇਥੋਂ ਉਹ ਲੈ ਗਿਆ ਸੀ ਉਸ ਨੂੰ ਵਾਪਸ ਕਰ ਆਓ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਈ ਵਾਰ ਇਹ ਬਚਨ ਸੁਣਾਏ ਮੱਖਣ ਸ਼ਾਹ ਨੂੰ ਚੌਪਈ ਮਾਤ ਨਾਨਕੀ ਤਬ ਚਲ ਆਈ ਤਾਂ ਇਹਨੇ ਨੂੰ ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰਾਂ ਦੇ ਪਾਸ ਚੱਲ ਕੇ ਪਹੁੰਚੇ ਹਨ ਜਿਸ ਕੇ ਹਿਰਦੇ ਅਧਿਕ ਰਸ ਛਾਈ ਜਿਸ ਮਾਤਾ ਨਾਨਕੀ ਜੀ ਦੇ ਹਿਰਦੇ ਦੇ ਵਿੱਚ ਜਿਹੜੇ ਗੁਰੂ ਘਰ ਦੇ ਦੋਖੀ ਐ ਉਹਨਾਂ ਪ੍ਰਤੀ ਬਹੁਤ ਬੀਰ ਰਸ ਹੈ ਧੀਰਮਲ ਕੀਨਸ ਅਪਰਾਧੂ ਇਹ ਆਪਣੇ ਚਿੱਤ ਵਿੱਚ ਮਾਤਾ ਜੀ ਨੇ ਵਿਚਾਰਿਆ ਕਿ ਧੀਰਮਲ ਨੇ ਗੁਰੂ ਮਹਾਰਾਜ ਦੇ ਉੱਪਰ ਗੋਲੀ ਚਲਵਾਉਣ ਦਾ ਔਰ ਗੁਰੂ ਘਰ ਦੇ ਵਿੱਚੋਂ ਧਨ ਲੁੱਟਣ ਦਾ ਗੁਨਾਹ ਕੀਤਾ ਹੈ ਤਿਸ ਕੋ ਹਿਤ ਚਹ ਪੁਨ ਇਹ ਸਾਧੂ ਤੇ ਇਹ ਸਾਡੇ ਪੁੱਤਰ ਗੁਰੂ ਜੀ ਸਾਧੂ ਸੁਭਾਅ ਵਿੱਚ ਸਾਧ ਰੂਪ ਆਪਣਾ ਤਨ ਧਾਰਿਆ ਐਸੇ ਸੁਭਾਅ ਦੇ ਅਨੁਸਾਰ ਉਸ ਦਾ ਵੀ ਭਲਾ ਹੀ ਲੋਚਦੇ ਹਨ ਜੋਗ ਦੰਡ ਕੋ ਸ਼ਤਰ ਵਿਸਾਲਾ ਜਿਹੜਾ ਕਿ ਦੁਸ਼ਮਣ ਬਣਿਆ ਹੋਇਆ ਹੈ ਮਹਤ ਭਾਰੀ ਦੰਡ ਦੇਣ ਦੇ ਜੋਗ ਹੈ ਉਸ ਨੂੰ ਵੀ ਇਹਨਾਂ ਨੇ ਮਾਫ ਕੀਤਾ ਹੋਇਆ ਜਵਾਲਾ ਬਮਣੀ ਹੱਤ ਤਿਸ ਕਾਲਾ ਜਿਨ੍ਹਾਂ ਨੇ ਜਿਸ ਵੇਲੇ ਕੇ ਆਏ ਸਨ ਚੜ ਕੇ ਘਰ ਵਿੱਚ ਆ ਕੇ ਹਮਲਾ ਕੀਤਾ ਸੀ ਉਹਨਾਂ ਨੇ ਗੋਲੀ ਚਲਾ ਕੇ ਮਾਰਨ ਦਾ ਯਤਨ ਕੀਤਾ ਪ੍ਰਾਨ ਹਾਨ ਲਗ ਕੀਨ ਖੁਟਾਈ ਤੇ ਪ੍ਰਾਣਾ ਦਾ ਅੰਤ ਕਰਨ ਤੱਕ ਇਹਨਾਂ ਨੇ ਐਸੀ ਖੁਟਾਈ ਕੀਤੀ ਹੈ ਜਿਨ੍ਹਾਂ ਦੁਸ਼ਮਣੀ ਕਰਨ ਵਾਲਿਆਂ ਨੇ ਹਮ ਘਰ ਕੀ ਸਭ ਵਸਤ ਲਟਾਈ ਤੇ ਸਾਡੇ ਘਰ ਦੀਆਂ ਸਭ ਵਸਤੂਆਂ ਲੁੱਟ ਕੇ ਲੈ ਗਏ ਸਨ ਇਮ ਅਸਮੰਜਸ ਲਖ ਕਰ ਆਈ ਇਸ ਤਰ੍ਹਾਂ ਅਣਬਣ ਜਹੀ ਬਾਤ ਸਮਝ ਕੇ ਕਿ ਜਿਹੜੇ ਕੇ ਦੰਡ ਦੇਣ ਦੇ ਸਜ਼ਾ ਦੇਣ ਦੇ ਯੋਗ ਹਨ ਉਹਨਾਂ ਨੂੰ ਵੀ ਗੁਰੂ ਘਰ ਵਿੱਚੋਂ ਮਾਫ ਕੀਤਾ ਜਾ ਰਿਹਾ ਹੈ ਇਹ ਗੱਲ ਵਿਚਾਰ ਕੇ ਮਾਤਾ ਨਾਨਕੀ ਜੀ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਆਏ ਹਨ ਮੱਖਣ ਸਹਿਤ ਉੱਠੇ ਅਗਵਾਈ ਤਾਂ ਮਾਤਾ ਜੀ ਨੂੰ ਆਇਆ ਜਾਣ ਕੇ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਤਾ ਜੀ ਦਾ ਸਤਕਾਰ ਕਰਦਿਆਂ ਹੋਇਆ ਭਾਈ ਮੱਖਣ ਸ਼ਾਹ ਦੇ ਸਮੇਤ ਉੱਠੇ ਹਨ। ਹਾਸ ਜੋਰ ਪਦਵੰਦਨ ਠਾਨੀ। ਦੋਵੇਂ ਹੱਥ ਜੋੜ ਕੇ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਬੈਠੀ ਮਾਤਾ ਪਰਮ ਸੋ ਸਿਆਣੀ। ਪਰਮ ਮਹਾਨ ਜੋ ਸਿਆਣੇ ਹਨ ਮਾਤਾ ਨਾਨਕੀ ਜੀ ਪਾਸ ਬੈਠ ਗਏ ਹਨ। ਸ੍ਰੀ ਗੁਰਪ੍ਰਖ ਕੈ ਤੂਸ਼ਨ ਰਹੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ। ਮਾਤਾ ਜੀ ਨੂੰ ਆਇਆ ਵੇਖ ਕੇ ਚੁੱਪ ਰਹੇ ਹਨ। ਅਪੁਰਪੇ ਨਹੀਂ ਬਾਖ ਕਿਸ ਕਹੇ ਤੇ ਹੋਰ ਵੀ ਕੋਈ ਬਚਨ ਨਹੀਂ ਆਖਿਆ ਨਾ ਹੀ ਭਾਈ ਮੱਖਣ ਸ਼ਾਹ ਜੀ ਨੇ ਕੋਈ ਬਚਨ ਕਿਹਾ ਦੀਰਗ ਸੀਤਲ ਸਵਾਸਨ ਲੀਨਸ ਤੇ ਲੰਮੇ ਜਾਨੋ ਕੇ ਸਾਹ ਮਾਤਾ ਜੀ ਆਪਣੇ ਹਿਰਦੇ ਦੇ ਵਿੱਚ ਵਿਰਾਗ ਕਰਦਿਆਂ ਹੋਇਆਂ ਭਰਦੇ ਹਨ ਜਲ ਪਰ ਪੁਲਤ ਬਿਲੋਚਨ ਕੀਨਸ ਠੰਡੇ ਸਵਾਸ ਲੈਣਾ ਕਰਦੇ ਨੇ ਔਰ ਵਿਰਾਗ ਸੇ ਸਮੇਤ ਹੋ ਕੇ ਮਾਤਾ ਜੀ ਨੇ ਆਪਣੇ ਨੇਤਰਾ ਨੂੰ ਬੜੇ ਪ੍ਰੇਮ ਵੈਰਾਗ ਦੇ ਜਲ ਦੇ ਸਮੇਤ ਭਰਿਆ ਹੋਇਆ ਓ ਮੱਖਣ ਸਖ ਸੁਣੀਏ ਬਾਤੀ ਇਸ ਤਰ੍ਹਾਂ ਮਾਤਾ ਜੀ ਬਚਨ ਕਰਨ ਲੱਗੇ ਹਨ ਭਾਈ ਮੱਖਣ ਸ਼ਾਹ ਨੂੰ ਬਚਨ ਸੁਣਾਉਣ ਵਾਸਤੇ ਆਖਦੇ ਹਨ ਕਿ ਭਾਈ ਮੱਖਣ ਸ਼ਾ ਸੁਣਨਾ ਕਰ ਵਚਨ ਮਮਸੁਤ ਸਦਾ ਰਹਤ ਇਹ ਭਾਂਤੀ ਸਾਡੇ ਇਹ ਸੁਪੁੱਤਰ ਜੀ ਸਦਾ ਹੀ ਇਸੇ ਤਰ੍ਹਾਂ ਹੀ ਆਨੰਦ ਵਿੱਚ ਮਸਤ ਸੁਭਾਅ ਵਿੱਚ ਲੀਨ ਰਹਿੰਦੇ ਹਨ ਭਏ ਪੰਜ ਭਰਾਤਾ ਬਰਬੀਰ ਇਹਨਾਂ ਦੇ ਸੋ ਇਹਨਾਂ ਦੇ ਸਹਿਤ ਪੰਜ ਭਰਾ ਜਿਵੇਂ ਕਿ ਬੜੇ ਹੀ ਸੂਰਮਤੀ ਸੂਰਮਤਾਈ ਵਾਲੇ ਪ੍ਰਗਟ ਰਹੇ ਹਨ ਛਤਰੀ ਧਰਮ ਵਿਖੈ ਧਰ ਤੀਰ ਤੇ ਸ਼ਸਤਰ ਧਾਰੀਆਂ ਵਾਲਾ ਜੋ ਧਰਮ ਧਾਰਨ ਕਰਕੇ ਰੱਖਿਆ ਧੀਰਜ ਦੇ ਸਮੇਤ ਜਿਨ੍ਹਾਂ ਨੇ ਵੱਡੋ ਪ੍ਰਾਤ ਗੁਰ ਦਿੱਤਾ ਭਇਓ ਤੇ ਇਹਨਾਂ ਦੇ ਵੱਡੇ ਭਰਾਤਾ ਬਾਬਾ ਗੁਰ ਦਿੱਤਾ ਜੀ ਹੋਏ ਸਭ ਤੇ ਲਗ ਮਮ ਸੁਤ ਜਨਮਯੋ ਤੇ ਇਹਨਾਂ ਸਾਰੇ ਭਰਾਵਾਂ ਤੋਂ ਛੋਟੇ ਸਾਡੇ ਸੁਪੁੱਤਰ ਜੀ ਇਹ ਹੋਏ ਹਨ ਨਹਿ ਵਿਵਹਾਰ ਰੁਚੇ ਜਿਸ ਕੋਈ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਦੁਨਿਆਵੀਕਾਰ ਵਿਹਾਰ ਕਰਨ ਦੀ ਕੋਈ ਰੁਚੀ ਨਹੀਂ ਸੀ ਹੁੰਦੀ ਬਾਲ ਅਵਸਥਾ ਵਿੱਚ ਵੀ ਬੈਠੇ ਨਿਤ ਇਕਾਂਤ ਕੋ ਹੋਈ ਤੇ ਨਿਤ ਹੀ ਇਕਾਂਤ ਵਿੱਚ ਹੋ ਕੇ ਬੈਠੇ ਰਿਹਾ ਕਰਦੇ ਭਜਨ ਬੰਦਗੀ ਵਿੱਚ ਨਹਿ ਬੋਲਨ ਕਰਤੋ ਕਿਸ ਸੰਗ ਤੇ ਕਿਸੇ ਨਾਲ ਵੀ ਚਾਹ ਕੇ ਬਚਨ ਬਿਲਾਸ ਕਰਨ ਦੀ ਇੱਛਾ ਨਾ ਕਰਦੇ ਲੀਨ ਦੀਨ ਤੋ ਕਹਾ ਸੋ ਢੰਗ ਤੇ ਲੈਣ ਦੇਣ ਦਾ ਜੋ ਪਦਾਰਥਾਂ ਦਾ ਕਿਸੇ ਦੇ ਕੋਲੋਂ ਪਦਾਰਥ ਪ੍ਰਾਪਤ ਕਰਨ ਦਾ ਔਰ ਕਿਸੇ ਨੂੰ ਖੁਸ਼ ਕਰਨ ਵਾਸਤੇ ਵਸਤੂਆਂ ਦੇਣ ਦਾ ਤਾਂ ਕੋਈ ਐਸਾ ਢੰਗ ਤਰੀਕਾ ਕਦੇ ਵੀ ਇਨ੍ਹਾਂ ਨੇ ਨਹੀਂ ਸੀ ਆਪਣੇ ਹਿਰਦੇ ਵਿੱਚ ਧਾਰਿਆ ਸਿੱਖ ਅਨੇਕ ਉਪਾਏਨ ਲਿਆ ਵਹਿ ਤੇ ਅਨੇਕਾਂ ਹੀ ਸਿੱਖ ਜੋ ਗੁਰੂ ਘਰ ਵਾਸਤੇ ਭੇਟਾ ਮਾ ਅਰਪਣ ਕਰਨ ਵਾਸਤੇ ਲਿਆਉਂਦੇ ਸਨ ਪਨਹਿ ਬੇਨਤੀ ਗੁਰੂ ਮਨਾਵਹਿ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਬੇਨਤੀਆਂ ਕਰਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਜਿੱਥੇ ਪ੍ਰਸੰਨ ਕਰਦੇ ਉਥੇ ਗੁਰੂ ਘਰ ਦੇ ਸਾਹਿਬਜ਼ਾਦਿਆਂ ਨੂੰ ਬੜੇ ਪ੍ਰੇਮ ਸਹਿਤ ਮਿਲਿਆ ਕਰਦੇ ਇਸ ਕੇ ਪ੍ਰਾਤ ਸਰਬ ਬੁੱਧਵੰਤੇ ਇਹਨਾਂ ਦੇ ਜੋ ਪ੍ਰਾਤਾ ਸਾਰੇ ਹੀ ਸ੍ਰੇਸ਼ਟ ਬੁੱਧ ਵਾਲੇ ਲੀਪ ਦੇਵ ਸਭ ਸੋ ਵਰਤੰਤੇ ਤੇ ਪਦਾਰਥਾਂ ਦਾ ਲੈਣ ਦੇਣ ਕਰਦਿਆਂ ਹੋਇਆਂ ਸਭਨਾ ਸਿੱਖਾਂ ਸੰਗਤਾਂ ਦੇ ਨਾਲ ਬੜੇ ਪ੍ਰੇਮ ਸਹਿਤ ਮਿਲਿਆ ਕਰਦੇ ਬਹੁਤ ਮੋਲ ਕੇ ਵਸਤਰ ਨ ਪਹਿਰੈ ਤੇ ਬਹੁਤੇ ਮੁੱਲ ਵਾਲੇ ਕੀਮਤੀ ਵਸਤਰ ਵੀ ਬੜੇ ਉਤਸ਼ਾਹ ਨਾਲ ਪਹਿਨਦੇ ਸਿੱਖਨ ਬਿਖੈ ਪੂਜਾਵਹੀਂ ਠਹਿਰੈ ਤੇ ਸਿੱਖਾ ਵਿੱਚ ਮਿਲ ਕੇ ਉਹਨਾਂ ਦੇ ਪਾਸੋਂ ਸਤਕਾਰ ਪ੍ਰਾਪਤ ਕਰਦੇ ਹੋਇ ਜਿਸ ਉਚਿਤ ਵਰਤ ਹੈ ਤੈਸੇ ਤੇ ਜਿਵੇਂ ਵੀ ਜੋਗ ਹੁੰਦਾ ਉਸੇ ਪ੍ਰਕਾਰ ਹੀ ਫਿਰ ਸਿੱਖ ਸੰਗਤਾਂ ਦੇ ਵਿੱਚ ਮਰਤਿਆ ਕਰਦੇ ਵਿਚਰਿਆ ਕਰਦੇ ਅਨੇਕ ਮਨੁਜ ਸੰਗੀ ਰਹੇ ਜੈਸੀ ਤੇ ਜਿਸ ਤਰ੍ਹਾਂ ਕਿ अनेका ਹੀ ਸਿੱਖ ਸੇਵਕ ਬੜੇ ਪ੍ਰੇਮ ਸਹਿਤ ਨਾਲ ਮਿਲਿਆ ਕਰਨ ਬਹੁਤ ਮੁੱਲ ਕੇ ਭੂਖਣ ਧਾਰਨ ਤੇ ਇਸੇ ਪ੍ਰਕਾਰ ਬਹੁਤ ਮੁੱਲ ਵਾਲੇ ਗਹਿਣੇ ਸ਼ਸਤਰ ਆਦਿ ਵੀ ਧਾਰਨ ਕਰਕੇ ਆਪਣੇ ਸਰੀਰਾਂ ਤੇ ਰੱਖਦੇ ਸਨ ਆਪਨ ਅਧਿਕਤਾ ਚਾਹਤ ਉਚਾਰੈ ਤੇ ਆਪਣੀ ਇਸ ਪ੍ਰਕਾਰ ਗੁਰੂ ਘਰ ਦੇ ਵਿੱਚ ਵਡਿਆਈ ਸਤਕਾਰ ਸਿੱਖ ਸੰਗਤਾਂ ਦੇ ਪਾਸੋਂ ਪ੍ਰਾਪਤ ਕਰਦਿਆਂ ਹੋਇਆ ਬੜੇ ਹੀ ਬਚਨ ਖੁਸ਼ੀ ਆਨੰਦ ਦੇ ਸਹਿਤ ਸੰਗਤ ਨਾਲ ਕਰਿਆ ਕਰਦੇ ਪਿਤਾ ਪਾਸਤੇ ਆਪਣ ਵਡਾਈ ਤੇ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸੋਂ ਵਡਿਆਈ ਪ੍ਰਾਪਤ ਕਰਦੇ ਅਬਲਾਖਤ ਭੇ ਬਿਧਨ ਬਣਾਈ ਤੇ ਇਸੇ ਪ੍ਰਕਾਰ ਵਿਧੀ ਪੂਰਵਕ ਮਹਾਰਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਿਤਾ ਸਤਗੁਰੂ ਜੀ ਦੇ ਪਾਸੋਂ ਇਹ ਜੋ ਇਹਨਾਂ ਦੇ ਭਰਾਤਾ ਜੋ ਗੁਰੂ ਮਹਾਰਾਜ ਸਾਹਿਬ ਦੇ ਜੋ ਸਾਹਿਬਜਾਦੇ ਉਹ ਸਤਕਾਰ ਪ੍ਰਾਪਤ ਕਰਿਆ ਕਰਦੇ ਬੇਲ ਆਖਿ ਚ ਪੇ ਵਿਦਨ ਬਨਾਈ ਅਨੇਕ ਤਰ੍ਹਾਂ ਨਾਲ ਇੱਛਾ ਦੇ ਸਹਿਤ ਸਤਕਾਰ ਪਾਉਂਦੇ ਤਰਲ ਤੁਰੰਗਨ ਪਰ ਆਰੋਹ ਹੈ ਤੇ ਇਸੇ ਪ੍ਰਕਾਰ ਚੰਗੇ ਸੁੰਦਰ ਚੰਚਲ ਘੋੜਿਆਂ ਤੇ ਸਵਾਰੀ ਵੀ ਕਰਦੇ ਸ਼ਸਤਰ ਸਜਾਏ ਸਭਨ ਮਹਿ ਸੋਹ ਹੈ ਤੇ ਸ਼ਸਤਰ ਆਪਣੇ ਸਰੀਰਾਂ ਤੇ ਸਜਾ ਕੇ ਸਭਨਾਂ ਦੇ ਵਿੱਚ ਸੋਭਿਆ ਕਰਦੇ ਵਿਚਕੇ ਸਾਸ ਜਹਾਂ ਕਹਿ ਜਾਹੇ ਤੇ ਜਿੱਥੇ ਕਿਤੇ ਵੀ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਜਾਇਆ ਕਰਦੇ ਭਨਹੇ ਸੁਨਹੇ ਵਿਦਤਹਿ ਸਭ ਮਾਹੇ ਤੇ ਇਸ ਪ੍ਰਕਾਰ ਬਚਨ ਕਹਿੰਦੇ ਵੀ ਔਰ ਸੁਣਦੇ ਵੀ ਸੰਗਤ ਦੇ ਪਾਸੋਂ ਇਸ ਤਰ੍ਹਾਂ ਬਚਨ ਕਹਿੰਦਿਆਂ ਸੁਣਦਿਆਂ ਹੋਇਆ ਸਭਨਾ ਦੇ ਵਿੱਚ ਬੜੇ ਹੀ ਆਦਰ ਸਹਿਤ ਜੋ ਇਹਨਾਂ ਦੇ ਪ੍ਰਾਤਾ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਰਾਏ ਰਾਏ ਜੀ ਤੇ ਅਟਲ ਰਾਏ ਜੀ ਬੜੇ ਹੀ ਸਤਕਾਰ ਸਤ ਪ੍ਰਗਟ ਹੁੰਦੇ ਸਵਤਨ ਸੁਤ ਅਰ ਨਿਜ ਸੁਤ ਚਾਲ ਇਸ ਤਰ੍ਹਾਂ ਮਾਤਾ ਨਾਨਕੀ ਜੀ ਭਾਈ ਮੱਖਣ ਸ਼ਾਹ ਜੀ ਨੂੰ ਦੱਸ ਰਹੇ ਹਨ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਹੋਰ ਮਹਿਲ ਜੋ ਭੈਣ ਮਾਤਾ ਦਮੋਦਰੀ ਜੀ ਔਰ ਮਾਤਾ ਮਰਵਾਹੀ ਜੀ ਸੋ ਉਹ ਆਪਣੇ ਸੁਪੁੱਤਰਾਂ ਦੇ ਸਮੇਤ ਹੋ ਕੇ ਮਮ ਮਨ ਹੋਵਤ ਦੇਖ ਬਿਹਾਲ ਤੇ ਇਸ ਤਰ੍ਹਾਂ ਬੜੇ ਹੀ ਪ੍ਰਸੰਤਾ ਸਹਿਤ ਹੁੰਦੇ ਇਸ ਤਰ੍ਹਾਂ ਜੋ ਜਿਹੜੇ ਸਹਿਬਜ਼ਾਦੇ ਗੁਰੂ ਕੇ ਹੋਰ ਬਾਬਾ ਗੁਰਦਿੱਤਾ ਜੀ ਸੂਰਜਮਲ ਜੀ ਅਣੀ ਰਾਏ ਤੇ ਅਟਲ ਰਾਏ ਜੀ ਉਹਨਾਂ ਦਾ ਬੜਾ ਸੰਗਤ ਵਿੱਚ ਸਤਕਾਰ ਹੁੰਦਾ ਮਾਤਾ ਨਾਨਕੀ ਜੀ ਆਖਦੇ ਕਿ ਉਸ ਵੇਲੇ ਚਿੱਤ ਵਿੱਚ ਵਿਚਾਰ ਕਰਦੇ ਆਪਾਂ ਮਨ ਵਿੱਚ ਇਹ ਮੈਂ ਵਿਚਾਰ ਕੀਤੀ ਕਿ ਮੇਰੇ ਪੁੱਤਰ ਦਾ ਜੋ ਸੁਭਾਅ ਹੈ ਉਹ ਬਹੁਤਾ ਸੰਗਤ ਦੇ ਨਾਲ ਮੇਲ ਮਿਲਾਪ ਕਰਨ ਵਿੱਚ ਨਹੀਂ ਹੈ ਇਸ ਲਈ ਚਿਤ ਵਿੱਚ ਮੇਰੇ ਉਦਾਸੀ ਹੁੰਦੀ ਤੇ ਰਾਤ ਦਿਨ ਮੈਂ ਚਿੰਤਾਵਸ ਰਹਿੰਦੀ ਕਿਸੂ ਸੰਗ ਕੈਸੇ ਨਹ ਕਹਾਂ ਤੇ ਕਿਸੇ ਨਾਲ ਵੀ ਆਪਣੇ ਮਨ ਦੀ ਉਦਾਸੀ ਨਾ ਜਾਹਰ ਕਰਦੀ ਆਪਣੇ ਭਾਗ ਜਾਣ ਕਰ ਮੰਦ ਆਪਣੇ ਜੋ ਭਾਗ ਹਨ ਇਹਨਾਂ ਦੇ ਵਿੱਚ ਹੀ ਕੋਈ ਕਮੀ ਮੈਂ ਸਮਝਦੀ ਸਭ ਤਨ ਸੁਤ ਕੋ ਲਖੋਂ ਬਿਲੰਦ ਤੇ ਇਸ ਤਰ੍ਹਾਂ ਦੂਸਰੀਆਂ ਭੈਣਾਂ ਦੇ ਜੋ ਪੁੱਤਰ ਵੇਖ ਕਰਕੇ ਮੇਰੇ ਮਨ ਵਿੱਚ ਇਹ ਖਿਆਲ ਹੁੰਦਾ ਹੈ ਕਿ ਉਹਨਾਂ ਦਾ ਤਾਂ ਬਹੁਤਾ ਸੰਗਤ ਵਿੱਚ ਵੀ ਸਿੱਖਾਂ ਵਿੱਚ ਸਤਕਾਰ ਹੁੰਦਾ ਹੈ ਕਿਤਕ ਦੇਉਸ ਬੀਤਹਿ ਕਰਮਾਹੇ ਤੇ ਇਹਨਾਂ ਨੂੰ ਇਹਨਾਂ ਬਾਰੇ ਮੈਂ ਚਿੱਤ ਵਿੱਚ ਵਿਚਾਰ ਕਰਦੀ ਕਿ ਤਾਂ ਕਿੰਨੇ ਹੀ ਦਿਨ ਘਰ ਵਿੱਚ ਹੀ ਗੁਪਤ ਹੀ ਇਕਾਂਤ ਵਿੱਚ ਹੀ ਰਹਿ ਕੇ ਭਜਨ ਬੰਦਗੀ ਵਿੱਚ ਹੀ ਸਮਾਂ ਬਿਤਾ ਦਿੰਦੇ ਕਬ ਕਬ ਜਾਹੇ ਪਿਤਾ ਨਿਜ ਪਾਹੇ ਤੇ ਕਦੇ ਕਦੇ ਇਹ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਜਾਇਆ ਕਰਦੇ ਸਭ ਤੇ ਲਗ ਆਪਣੋ ਸੁਤ ਦੇਖ ਤੇ ਸੋ ਇਹਨਾਂ ਦੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਨੂੰ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਵੇਖ ਕੇ ਰੀਤ ਸ਼ਾਂਤ ਕੀ ਹਿਰਦੈ ਅਸ਼ੇਖ ਤੇ ਹਿਰਦੇ ਵਿੱਚ ਵਿਚਾਰ ਦੇ ਕੇ ਇਹ ਸ਼ਾਂਤ ਸੁਭਾਅ ਵਿੱਚ ਬਹਤਾ ਰਹਿੰਦੇ ਹਨ ਚਾਰੋਂ ਸੁਤ ਤੇ ਪੇਖ ਲਗ ਮੇਰਾ ਤੇ ਇਸ ਤਰ੍ਹਾਂ ਜਦੋਂ ਕਿ ਦੂਸਰੇ ਚੌਹਾ ਪੁੱਤਾਂ ਤੋਂ ਸੋ ਉਹਨਾਂ ਨਾਲੋਂ ਛੋਟਾ ਜੋ ਇਹ ਪੁੱਤਰ ਸਾਡਾ ਵੇਖ ਕਰਕੇ ਕਰਤ ਭਏ ਸਨਮਾਨ ਬਡੇਰਾ ਤੇ ਇਹਨਾਂ ਦੇ ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜਾ ਹੀ ਸਤਕਾਰ ਇਹਨਾਂ ਦਾ ਕਰਦੇ ਚਰਨ ਉਠਾਏ ਬਿਠਾਵਨ ਕੀਨਸ ਤੇ ਉਹਨਾਂ ਨੇ ਜਦੋਂ ਵੀ ਇਹਨਾਂ ਨੇ ਪਾਸ ਜਾਣਾ ਤਾਂ ਆਪ ਆਪਣੇ ਚਰਨ ਉਠਾ ਕੇ ਪਾਬ ਕੇ ਸੋ ਆਪਣੇ ਨਜ਼ਦੀਕ ਆਪਣੇ ਨੇੜੇ ਬਿਠਾਉਣ ਦਾ ਯਤਨ ਕਰਨਾ ਮੁਖਤੇ ਬੋਲ ਅਧਿਕ ਹਿਤ ਦੀਨਸ ਤੇ ਆਪਣੇ ਮੁਖ ਤੋਂ ਬਹੁਤ ਹੀ ਪ੍ਰੇਮ ਸਹਿਤ ਬੋਲ ਕੇ ਇਨਾਂ ਦਾ ਸਤਿਕਾਰ ਕਰਨਾ ਦੇਖ ਪੁੱਤਰ ਪਰ ਪਿਤਾ ਸਨੇਹ ਤੇ ਇਸ ਤਰ੍ਹਾਂ ਜਦੋਂ ਮੈਂ ਵੇਖਿਆ ਕਿ ਪਿਤਾ ਜੀ ਦਾ ਜੋ ਇਹਨਾਂ ਆਪਣੇ ਪੁੱਤਰ ਜੀ ਉੱਪਰ ਬਹੁਤਾ ਹੀ ਪ੍ਰੇਮ ਹੈ ਮਨ ਮੇਰੇ ਪਾ ਹਰਖ ਅਛੇ ਹੋ ਤੇ ਇਸ ਤਰ੍ਹਾਂ ਵਿਚਾਰਿਆ ਕਿ ਇਹਨਾਂ ਨਾਲ ਬਹੁਤਾ ਇਹਨਾਂ ਦੇ ਪਿਤਾ ਜੀ ਦਾ ਪਿਆਰ ਹੈ ਇਸ ਲਈ ਇਹ ਸੋਚ ਕੇ ਮਨ ਵਿੱਚ ਬਹੁਤ ਜ਼ਿਆਦਾ ਮੇਰੇ ਖੁਸ਼ੀ ਹੋਈ ਕਿਤਕਬੀਰ ਬੈਠੇ ਉਠ ਆਵਾ ਤੇ ਕਿੰਨੀ ਹੀ ਦੇਰ ਤੱਕ ਬੈਠੇ ਰਹਿੰਦੇ ਤੇ ਫਿਰ ਉੱਠ ਕੇ ਆਪਣੇ ਪਿਤਾ ਗੁਰੂ ਜੀ ਦੇ ਪਾਸੋਂ ਆਜਾਇਆ ਕਰਦੇ ਨਹੀਂ ਪੁੱਤਰ ਮਮ ਕਛੂ ਅਲਾਵਾ ਤੇ ਮੇਰੇ ਪੁੱਤਰ ਨੇ ਕੋਈ ਵੀ ਬਚਨ ਆਪਣੇ ਪਿਤਾ ਸਤਗੁਰੂ ਜੀ ਦੇ ਪਾਸ ਨਾ ਕਿਹਾ ਆਵਤ ਕੀ ਦਿਸ ਦੇਖਤ ਰਹੇ ਤੇ ਜਿਸ ਵੇਲੇ ਇਹ ਆਇਆ ਕਰਦੇ ਆਪਣੇ ਪਿਤਾ ਸਤਗੁਰੂ ਜੀ ਦੇ ਪਾਸੋਂ ਤਾਂ ਇਹਨਾਂ ਦੇ ਆਉਂਦਿਆ ਹੋਇਆ ਇਨਾਂ ਦੇ ਪਿਤਾ ਸਤਿਗੁਰੂ ਜੀ ਇਨਾਂ ਵੱਲ ਦੇਖਿਆ ਕਰਦੇ ਪ੍ਰੇਮ ਭਰੇ ਲੋਚਨ ਮੈਂ ਲਹੇ ਦੇਖਦੇ ਰਹਿੰਦੇ ਔਰ ਪ੍ਰੇਮ ਭਰੇ ਨੇਤਰਾਂ ਦੇ ਨਾਲ ਤੱਕਦੇ ਹੋਏ ਉਹਨਾਂ ਨੂੰ ਮੈਂ ਤੱਕਿਆ ਸੀ ਇਸੇ ਪ੍ਰਕਾਰ ਜਬਹੇ ਜਬ ਗਯੂ ਤੇ ਇਸੇ ਪ੍ਰਕਾਰ ਜਦੋਂ-ਜਦੋਂ ਵੀ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਾਇਆ ਕਰਦੇ ਸਨ ਦਿਨ ਪ੍ਰਤ ਪ੍ਰੇਮ ਅਧਿਕ ਹੀ ਭਯੂ ਦਿਨਮ ਪ੍ਰਤੀ ਦਿਨ ਮੌਤੇ ਤੋਂ ਬਹੁਤਾ ਹੀ ਪ੍ਰੇਮ ਇਨਾਂ ਦੇ ਪਿਤਾ ਗੁਰੂ ਜੀ ਦਾ ਇਹਨਾਂ ਨਾਲ ਅਸੀਂ ਵੇਖਿਆ ਸੀ ਕਈ ਵਾਰ ਮੈਂ ਦੇਖਣ ਕੀਨ ਤੇ ਕਈ ਵਾਰ ਮੈਂ ਪਤਿਆ ਕੇ ਪਰਖ ਕੇ ਵੇਖਿਆ ਤਿਉ ਤਿਉ ਬੰਮ ਮਨ ਸੰਸੈ ਭੀਨ ਤੇ ਤਵੇਂ ਤਵੇਂ ਮੇਰੇ ਮਨ ਦੇ ਵਿੱਚ ਹੋਰ ਕਈ ਮੇਰਾ ਸ਼ੰਕਾ ਹੁੰਦਾ ਏਕ ਦਿਵਸ ਪਿਖ ਜਗ ਗੁਰ ਬੈਸੇ ਇਹ ਸ਼ੰਕਾ ਹੁੰਦਾ ਕਿ ਪ੍ਰੇਮ ਤਾਂ ਬਹੁਤ ਕਰਦੇ ਹਨ ਪਤਾ ਨਹੀਂ ਕਾਰਨ ਕੀ ਹੈ ਇਹ ਮੇਰਾ ਪੁੱਤਰ ਤਾਂ ਮਸਤ ਸੁਭਾਅ ਵਿੱਚ ਰਹਿੰਦਾ ਹੈ ਤੇ ਇਹ ਜਿਆਦਾ ਪ੍ਰੇਮ ਕਰਦੇ ਹਨ ਪਤਾ ਨਹੀਂ ਕੀ ਕਾਰਨ ਹੈ ਇੱਕ ਦਿਨ ਇਹਨਾਂ ਦੇ ਪਿਤਾ ਗੁਰੂ ਮਹਾਰਾਜ ਜੀ ਬੈਠੇ ਹੋਏ ਸਨ ਖਾਸ ਜੋਰ ਮੈਂ ਬੂਝੇ ਐਸੇ ਤੇ ਉਹਨਾਂ ਨੂੰ ਮੈਂ ਬੈਠਿਆ ਹੋਇਆ ਵੇਖਿਆ ਔਰ ਦਰਸ਼ਨ ਕਰਕੇ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕਰਕੇ ਪੁੱਛਿਆ ਮਾਮਸਤ ਨਹ ਜਾਣਹੀਂ ਵਿਵਹਾਰ ਕਿ ਮੇਰੇ ਪੁੱਤਰ ਜੀਤਾ ਕੋਈ ਵਿਵਹਾਰ ਸੰਸਾਰਿਕ ਕਾਰਜਾਂ ਬਾਰੇ ਵੀ ਇਹ ਸੋਝੀ ਨਹੀਂ ਰੱਖਦੇ ਹਨ ਨਹੀਂ ਹਿਰਦੇ ਮਹਿ ਬੁੱਧ ਉਦਾਰ ਤੇ ਇਸ ਤਰ੍ਹਾਂ ਜਿਹੜੇ ਵੇਖਣ ਵਾਲੇ ਸੰਸਾਰਿਕ ਲੋਕ ਨੇ ਉਹ ਇਸ ਤਰ੍ਹਾਂ ਸਮਝਦੇ ਹਨ ਕਿ ਇਹਨਾਂ ਦੇ ਹਿਰਦੇ ਵਿੱਚ ਜੋ ਸ੍ਰੇਸ਼ਟ ਬੁੱਧ ਸੰਸਾਰਿਕ ਕਾਰ ਵਿਹਾਰ ਕਰਨ ਵਿੱਚ ਨਹੀਂ ਲੱਗਦੀ ਨਹਿ ਬੋਲੇ ਨਹਿ ਕਿਸਤੇ ਸੁਣ ਹੈ ਤੇ ਨਾਹੀ ਹੋਰਾਂ ਲੋਕਾਂ ਦੇ ਬਚਨ ਸੁਣਦੇ ਹਨ ਤੇ ਨਾਹੀ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਕੋਈ ਉਤਸ਼ਾਹ ਕਰਦੇ ਨੇ ਕੋ ਕਾਰਜ ਕਿਹੋ ਭਾਤ ਨਾ ਬਨ ਹੈ ਤੇ ਕੋਈ ਕਾਰਜ ਵੀ ਇਹਨਾਂ ਦੇ ਪਾਸੋਂ ਹੋਰ ਦੁਨਿਆਵੀ ਤੌਰ ਤੇ ਨਹੀਂ ਸਵਾਰਨ ਦਾ ਯਤਨ ਕੀਤਾ ਜਾਂਦਾ ਆਪਣੀ ਵਡਿਆਈ ਵਾਸਤੇ ਸਰਬਪਾਤ ਮਹਪੂਰ ਸੁਭਾਉ ਤੇ ਸਭ ਤਰ੍ਹਾਂ ਕਰਕੇ ਵੇਖਣ ਵਾਲੇ ਇਵੇਂ ਹੀ ਕਹਿੰਦੇ ਹਨ ਕਿ ਇਹਨਾਂ ਦਾ ਤਾਂ ਬਹੁਤਾ ਹੀ ਮਸਤ ਭੋਲਾ ਸੁਭਾਅ ਹੈ ਨਹੀਂ ਸੁਜਾਨ ਪਛਾਨ ਨਾ ਕਾਉ ਤੇ ਇਸ ਤਰ੍ਹਾਂ ਲੋਕ ਸਮਝਦੇ ਹਨ ਕਿ ਇਹ ਬਹੁਤੇ ਸਿਆਣੇ ਨਹੀਂ ਇਨਾਂ ਦੀ ਬਹੁਤੇ ਲੋਕਾਂ ਨਾਲ ਜਾਣ ਪਛਾਣ ਕਰਾਉਣ ਵਿੱਚ ਰੁਚੀ ਨਹੀਂ ਹੈ ਇੱਕ ਅਪਰੰਤ ਐਸੇ ਸੁਖ ਹੋਵਾ ਤੇ ਪਰ ਇੱਕ ਐਸਾ ਸੁਖ ਮੈਨੂੰ ਜੋ ਵੇਖਣ ਨੂੰ ਪ੍ਰਾਪਤ ਹੁੰਦਾ ਨજર ਆਇਆ ਤੁਮਰੇ ਠਿਗਮੈ ਆਵਤ ਜੋਵਾ ਇਵੇਂ ਪ੍ਰਤੀਤ ਹੋਇਆ ਕਿ ਇੱਕ ਸੁਖ ਮਹਿਸੂਸ ਹੋਇਆ ਹਿਰਦੇ ਵਿੱਚ ਕਿ ਜਦੋਂ ਪਤੀ ਦੇਵ ਸਤਗੁਰੂ ਜੀ ਤੁਹਾਡੇ ਪਾਸ ਇਹਨਾਂ ਨੂੰ ਆਇਆ ਮੈਂ ਵੇਖਿਆ ਚਾਰੋਂ ਪੁੱਤਰਨ ਤੇ ਇਸ ਕੇਰ ਤਾਂ ਇਹਨਾਂ ਦੇ ਨਾਲ ਜਾਣਿਆ ਕਿ ਬਹੁਤਾ ਪਿਆਰ ਹੈ ਆਪਣੇ ਚੌਹਾਂ ਪੁੱਤਰਾ ਨੂੰ ਛੱਡ ਕੇ ਇਨਾਂ ਨਾਲ ਬਹੁਤਾ ਤੁਸੀਂ ਪਿਆਰ ਕਰਦੇ ਹੋ ਕਰਤੇ ਹੋ ਸਨਮਾਨ ਵਡੇਰ ਤੇ ਬਹੁਤ ਵੱਡਾ ਹੀ ਸਨਮਾਨ ਸਤਕਾਰ ਇਹਨਾਂ ਨੂੰ ਤੁਸੀਂ ਦਿੰਦੇ ਹੋ ਗੁਰਦਿੱਤਾ ਸੂਰਜਮਲ ਜੋ ਜੇ ਤੇ ਜੋ ਗੁਰਦਿੱਤਾ ਜੀ ਤੇ ਸੂਰਜਮਲ ਹੋਰ ਜੋ ਆਪ ਜੀ ਦੇਸ ਪੁੱਤਰ ਹਨ ਅਣੀ ਰਾਏ ਤੀਸਰੇ ਸੁਤ ਸੋਏ ਅਣੀ ਰਾਏ ਜੀ ਜੋ ਤੀਸਰੇ ਪੁੱਤਰ ਅਟਲ ਰਾਏ ਚਾਰਹੋਂ ਮਤਵਾਨ ਤੇ ਚੌਥੇ ਬਾਬਾ ਅਟਲ ਰਾਏ ਜੀ ਬਹੁਤ ਹੀ ਸ਼੍ਰੇਸ਼ਟ ਬੁੱਧਵਾਨ ਇਨਕੋ ਆਸਨਾ ਕਰੋ ਸਨਮਾਨ ਇਹਨਾਂ ਦਾ ਵੀ ਤੁਸੀਂ ਇੰਨਾ ਜ਼ਿਆਦਾ ਇਸ ਆਪਣੇ ਪੁੱਤਰ ਤੀਗ ਬਹਾਦਰ ਜੀ ਬਾਗ ਸਤਕਾਰ ਨਹੀਂ ਕਰਦੇ ਹੋ ਮਾਮ ਸੁਤ ਕੋ ਸਾਦਰ ਬਿਠਾਈ ਤੇ ਇਸ ਤਰ੍ਹਾਂ ਮੈਂ ਪਤੀ ਦੇਵ ਸਤਗੁਰੂ ਜੀ ਨੂੰ ਬੇਨਤੀ ਕੀਤੀ ਐ ਮਾਤਾ ਨਾਨਕੀ ਜੀ ਦੇ ਭਾਈ ਮੱਖਣ ਸ਼ਾਹ ਨੂੰ ਬਚਨ ਸੁਣਾ ਰਹੇ ਹਨ ਕਿ ਇਵੇਂ ਮੈਂ ਆਪਣੇ ਪਤੀ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰਦੇ ਹੋ ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਜੀ ਨੂੰ ਬੜੇ ਪ੍ਰੇਮ ਸਹਿਤ ਆਪਣੇ ਕੋਲ ਬਿਠਾਉਂਦੇ ਹੋ ਸ੍ਰੀ ਮੁਖ ਤੇ ਬਹੁ ਕਰਤ ਵਡਾਈ ਔਰ ਆਪਣੇ ਸੁਭਾਏ ਮਾਨ ਮੁਖ ਤੋਂ ਬਹੁਤ ਵਡਿਆਈ ਵਾਲੇ ਬਚਨ ਸੁਣਾਉਂਦੇ ਹੋ ਕੋ ਕਾਰਨ ਇਸ ਮਹਿ ਸਮਝਾਵੋ ਤੇ ਇਸ ਵਿੱਚ ਕਾਰਨ ਕੀ ਹੈ ਆਪ ਕਿਰਪਾ ਕਰਕੇ ਸਮਝਾਓ ਨਿਤ ਸੰਸੈ ਹੋਏ ਹਿਰਦੈ ਮਿਟਾਵੋ ਤੇ ਨਿਤ ਹੀ ਜੋ ਮੇਰੇ ਮਨ ਵਿੱਚ ਸੰਸਾ ਹੁੰਦਾ ਏ ਕਿ ਤੁਸੀਂ ਸਤਕਾਰ ਬਹੁਤ ਕਰਦੇ ਹੋ ਬਹੁਤ ਹੀ ਪਿਆਰ ਬਖਸ਼ਿਸ਼ ਕਰਦੇ ਹੋ ਆਪਣੇ ਇਸ ਸਾਹਿਬਜ਼ਾਦੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਤਾਂ ਪਰ ਮੈਂ ਤਾਂ ਇਹਨਾਂ ਦਾ ਮਸਤ ਸੁਭਾਅ ਹੀ ਵੇਖਦੀ ਹਾਂ ਕਿ ਚੁੱਪ ਹੀ ਰਹਿੰਦੇ ਹਨ ਹੋਰ ਸੰਗਤਾਂ ਸਿੱਖ ਇਹਨਾਂ ਨੂੰ ਬੜੇ ਮਸਤ ਸੁਭਾਅ ਵਿੱਚ ਹੀ ਸਮਝਦੇ ਐ ਤੇ ਬਹੁਤਾ ਸਿਆਣਾ ਨਹੀਂ ਜਾਣਦੇ ਹਨ ਸੁਣ ਕੇ ਜਗ ਗੁਰ ਮੁਗਲ ਅarati ਤੇ ਆਪ ਕਿਰਪਾ ਕਰਕੇ ਦੱਸੋ ਕਿਵੇਂ ਆਪ ਜੀ ਕਿਉਂ ਇੰਨਾ ਸਤਕਾਰ ਇਹਨਾਂ ਨੂੰ ਦਿੰਦੇ ਹੋ ਇਸ ਤਰ੍ਹਾਂ ਜਦੋਂ ਬੇਨਤੀ ਕੀਤੀ ਤਾਂ ਜਗਤਗੁਰੂ ਮਹਾਰਾ ਸਚੇ ਪਾਤਸ਼ਾ ਜਿਹੜੇ ਕਿ ਜੋ ਬੈਰ ਕਰਨ ਵਾਲੇ ਮੁਗਲ ਉਹਨਾਂ ਵਾਸਤੇ ਮਹਾਰਾ ਸਚੇ ਪਾਤਸ਼ਾ ਬਹੁਤੇ ਹੀ ਉਹਨਾਂ ਦਾ ਨਾਸ ਕਰਨ ਵਾਲੇ ਨਿਰਪੈਤਾ ਵਾਲੇ ਔਰ ਗਰੀਬ ਨਿਵਾਸ ਸਚੇ ਪਾਤਸ਼ਾ ਬੈਰ ਕਰਨ ਵਾਲਿਆਂ ਨੂੰ ਅੰਤ ਕਰਨ ਵਾਲੇ ਉਹਨਾਂ ਦਾ ਦੀਰਘ ਬਾਹੂ ਆਇਤ ਛਾਤੀ ਔਰ ਐਸਾ ਸੁਭਾਅ ਔਰ ਮਹਾਨ ਸਰੂਪ ਵੱਡ ਅਕਾਰੀ ਸਰੀਰ ਲੰਬੀਆਂ ਬਾਹਾਂ ਜਿਸ ਗੁਰੂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਆਦਾ ਜੀਦੀਆਂ ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਔਰ ਚੌੜੀ ਛਾਤੀ ਵਾਲੇ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਦਾ ਸਰੂਪ ਕਮਲ ਪੱਤਰ ਵਿਸਤ੍ਰਿਤ ਬिलोचन ਤੇ ਕਮਲ ਦੇ ਪੰਖੜੀਆਂ ਬਾਗ ਚੌੜੇ ਨੇਤਰਾਵਾਲੇ ਮਹਾਰਾਜ ਅਵਲੋਕਤ ਮੋਚਨ ਮੋਚਤ ਚਿਤ ਸੋਚਨ ਤੇ ਐਸਾ ਸਰੂਪ ਜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਿੰਨਾਂ ਵੱਲ ਵੀ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ ਉਹਨਾਂ ਦੇ ਹਿਰਦੇ ਵਿੱਚੋਂ ਸੋਚਾਂ ਫਿਕਰ ਖਤਮ ਕਰ ਦਿੰਦੇ ਸ਼ਰਮ ਨਰਨਤੇ ਦੇਹ ਵਿਸਾਲ ਤੇ ਸਾਰੇ ਮਨੁੱਖਾਂ ਨਾਲੋਂ ਵੱਡਾ ਤਗੜਾ ਬਲਵਾਨ ਸਰੀਰ ਜਿਸ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਕੌਣ ਕਰੈ ਸਮਤਾ ਤਿਨ ਨਾਲ ਤੇ ਜਿਨ੍ਹਾਂ ਦੀ ਬਰਾਬਰੀ ਹੋਰ ਕੋਈ ਮਨੁੱਖਾ ਸਰੀਰ ਧਾਰੀ ਨਹੀਂ ਸੀ ਕਰ ਸਕਦਾ ਕਹਿਜ ਭਏ ਪਿਖ ਮੁਝ ਕਰ ਜੋਰੀ ਇਸ ਤਰ੍ਹਾਂ ਜਦੋਂ ਮੈਨੂੰ ਹੱਥ ਜੋੜਿਆ ਉਹਨਾਂ ਨੇ ਵੇਖਿਆ ਕਿ ਬੜੇ ਹੀ ਪ੍ਰੇਮ ਸਹਿਤ ਇਹ ਪੁੱਛ ਰਹੀ ਹੈ ਤਾਂ ਫਿਰ ਉਹਨਾਂ ਨੇ ਬਚਨ ਸੁਣਾਏ ਇਸ ਕੀ ਸੁਨੋ ਬਾਤ ਮਤ ਭੋਰੀ ਇਸ ਤਰ੍ਹਾਂ ਮੇਰੇ ਪਤੀ ਦੇਵ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਸੁਣਾਉਣਾ ਕੀਤੇ ਇਹ ਭੋਲੇ ਸੁਭਾਅ ਵਿੱਚ ਤੂੰ ਆਪ ਪੁੱਛਣਾ ਕੀਤਾ ਹੈ ਸ੍ਰੇਸ਼ਟ ਮਤ ਦੇ ਸਮੇਤ ਮਹਾਪੁਰਖ ਇਹ ਹੋਏ ਵੱਡ ਭਾਗ ਇਹਨਾਂ ਬਾਰੇ ਸੁਣਨਾ ਕਰੋ ਕਿ ਬਹੁਤ ਵੱਡੇ ਮਹਾਪੁਰਖ ਨਿਆਈ ਇਹ ਪ੍ਰਗਟ ਹੋਣਗੇ ਵੱਡੇ ਭਾਗਾ ਵਾਲੇ ਜਿਸਕੇ ਰਿਦੈ ਦਵੈਸ ਨਹਿ ਰਾਗ ਇਹ ਐਸਾ ਸਰੂਪ ਵਾਲੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਕੋਈ ਮੋਹ ਈਰਖਾ ਨਹੀਂ ਹੈ ਇਸਕੇ ਸੁੱਤਪੁਰ ਸੋਤਮ ਹੋਏ ਤੇ ਇਹਨਾਂ ਦੇ ਘਰ ਵਿੱਚ ਜੋ ਪੁੱਤਰ ਪ੍ਰਗਟ ਹੋਣਗੇ ਮਹਾਨ ਪੁਰਖ ਹੋਣਗੇ ਉਹ ਜਿਸकी ਸਮਤਾ ਕਰੇ ਨਾ ਕੋਏ ਤੇ ਜਿਨ੍ਹਾਂ ਦੀ ਬਰਾਬਰੀ ਹੋਰ ਕੋਈ ਵੀ ਨਹੀਂ ਕਰ ਸਕੇਗਾ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਲੈਣ ਬਾਬਤ ਬਚਨ ਕੀਤੇ ਕਿ ਇਸ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿੱਚ ਜੋ ਉਸ ਪੁੱਤਰ ਪ੍ਰਗਟ ਹੋਣਗੇ ਉਹ ਮਹਾਨ ਹੋਣਗੇ ਜਿਨ੍ਹਾਂ ਵਰਗਾ ਹੋਰ ਕੋਈ ਦੀਗ ਤੇਗ ਦਾ ਧਨੀ ਨਹੀਂ ਹੋਏਗਾ ਜਗਤ ਵਿਖੇ ਵੱਡ ਵਜੇ ਪ੍ਰਤਾਪ ਔਰ ਸੋ ਜਿਨ੍ਹਾਂ ਦੀ ਬਰਾਬਰੀ ਹੋਰ ਨਹੀਂ ਕੋਈ ਕਰ ਸਕੇਗਾ ਜਗਤ ਵਿੱਚ ਜਿਨ੍ਹਾਂ ਦਾ ਬਹੁਤਾ ਤੇਜ ਪ੍ਰਤਾਪ ਵਧੇਗਾ ਪ੍ਰਗਟ ਹੋਏਗਾ ਕਰਤਾ ਦੁਸ਼ਟ ਮਲੇਛਣ ਖਾਪ ਮਲੇਸ਼ਾ ਦੁਸ਼ਟਾਂ ਨੂੰ ਖਪਾਉਣ ਵਾਲੇ ਉਹ ਪ੍ਰਗਟ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਨਾਨਕ ਕੋ ਜਸ ਚੰਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸ੍ਰੇਸ਼ਟ ਉਤਮ ਜਸ कलंक ਤੋਂ ਰਹਿਤ ਚੰ드ਰਮਾ ਜਿਹੇ ਪ੍ਰਕਾਸ਼ ਵਾਲਾ ਪ੍ਰਗਟ ਕਰਨਗੇ ਚੰਦ ਨਾ ਸਾਮੁ ਉਜਲਾਏ ਬਲੰਦ ਐਸਾ ਉਜਲਾ ਜਸ ਪ੍ਰਗਟ ਕਰਨਗੇ ਇਹਨਾਂ ਦੇ ਘਰ ਵਿੱਚ ਜਿਹੜੇ ਸਹਬ ਜادہ ਪ੍ਰਗਟ ਹੋਣਗੇ ਜਿਸ ਜਿਹਾ ਚੰ드ਰਮਾ ਦਾ ਵੀ ਜਾਣੋ ਪ੍ਰਕਾਸ਼ ਨਹੀਂ ਹੋਏਗਾ ਰੱਛਾ ਕਰੇ ਧਰਮ ਕੀ ਧਰਨੀ ਤੇ ਧਰਤੀ ਉੱਪਰ ਧਰਮ ਨੂੰ અપਨਾ ਕੇ ਰੱਖਣ ਵਾਲਿਆਂ ਦੀ ਇਹ ਰੱਖਿਆ ਕਰਨਗੇ ਧਰਨੀ ਕੀਰਤ ਕਰ ਹੈ ਕਰਨੀ ਧਰਤੀ ਦੇ ਵਿੱਚ ਜੋ ਕਰਨੀ ਆਪਣੀ ਪ੍ਰਗਟ ਕਰਕੇ ਦਿਖਾ ਕੇ ਮਹਿਮਾ ਪ੍ਰਗਟ ਕਰਨਗੇ ਅਵਨੀ ਅਖਿਲ ਆਪ ਨਿਧ ਅੰਬਰ ਪਰਮੇਸ਼ਰ ਦੀ ਮਹਿਮਾ ਔਰ ਗੁਰੂ ਘਰ ਦੀ ਮਹਿਮਾ ਪ੍ਰਗਟ ਕਰਨਗੇ ਸਾਰੀ ਧਰਤੀ ਉੱਪਰ ਔਰ ਆਪ ਨਿਧ ਭਾਵ ਸਮੁੰਦਰ ਤੱਕ ਸਮੁੰਦਰ ਵਿੱਚ ਔਰ ਸਵਰਗ ਤੱਕ ਵੀ ਜਾਣੋ ਸੋ ਤਿੰਨਾਂ ਲੋਕਾਂ ਵਿੱਚ ਇਹਨਾਂ ਦਾ ਜਸ ਔਰ ਇਹਨਾਂ ਦੇ ਘਰ ਵਿੱਚ ਪ੍ਰਗਟ ਹੋਣ ਵਾਲੇ ਸਾਹਿਬਜ਼ਾਦਾ ਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਜਸ ਸੰਸਾਰ ਅੰਦਰ ਪ੍ਰਗਟ ਹੋਏਗਾ ਅੰਬਰ ਲਗ ਜਸ ਕਸਹਿ ਸੁਰੰਬਰ ਸੋ ਜਿਹੜੇ ਸ੍ਰੇਸ਼ਟ ਦੇਵਤੇ ਉਹ ਵੀ ਜੋ ਸਵਰਗਾਂ ਤੱਕ ਜਾਣੋ ਕਿ ਉਹ ਜਸ ਪ੍ਰਗਟ ਕਰਨਗੇ ਇਹਨਾਂ ਦਾ ਸ੍ਰੀ ਗੁਰੂ ਨਾਨਕ ਨਾਮ ਉਦਾਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋ ਸ੍ਰੇਸ਼ਟ ਉਜਲ ਨਾਮ ਹੈ ਇਸ ਨਾਮ ਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੇ ਨਾਮ ਦਾ ਜਸ ਪ੍ਰਗਟ ਕਰਨਗੇ ਉਜਲ ਕਰੇ ਜਗਤ ਵਿਸਤਾਰਾ ਜਗਤ ਵਿੱਚ ਇਹ ਸ੍ਰੀ ਤੀਗ ਬਹਾਦਰ ਜੀ ਜਦੋਂ ਜਸ ਪ੍ਰਤਾਪ ਦੇ ਸਹਿਤ ਪ੍ਰਗਟ ਹੋਣਗੇ ਔਰ ਇਹਨਾਂ ਦੇ ਘਰ ਦੇ ਵਿੱਚ ਸਾਹਿਬ ਜਾਦਾ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਣਗੇ ਤਾ ਉਹ ਵੀ ਜੋ ਸ੍ਰੇਸ਼ਟ ਜਸ ਜਗਤ ਵਿੱਚ ਫੈਲਾਉਣਗੇ ਗੁਰੂ ਘਰ ਦਾ ਜਾਂ ਤੇ ਇਨਕੋ ਆਦਰ ਘਣੋ ਇਸ ਕਰਕੇ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਮਾਤਾ ਨਾਨਕੀ ਜੀ ਭਾਈ ਮੱਖਣ ਸ਼ਾਹ ਜੀ ਨੂੰ ਮਕਾਲਾ ਸਾਹਿਬ ਨਗਰ ਵਿਖੇ ਦੱਸ ਰਹੇ ਹਨ ਕਿ ਮੇਰੇ ਪਤੀ ਦੇਵ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਵੱਲੋਂ ਪੁੱਛਣ ਤੇ ਕਿ ਆਪਣੇ ਛੋਟੇ ਸਾਹਿਬਜ਼ਾਦਾ ਸ੍ਰੀ ਤੇਗ ਬਹਾਦਰ ਸਾਹਿਬ ਜੀ ਦਾ ਮੌਤਾ ਸਨਮਾਨ ਕਿਉ ਤੁਸੀਂ ਕਰਦੇ ਹੋ ਤਾਂ ਉਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਇਸੇ ਕਰਕੇ ਹੀ ਅਸੀਂ ਇਹਨਾਂ ਦਾ ਆਦਰ ਕਰਦੇ ਹਾਂ ਸਮਾ ਪਾ ਕੇ ਗੁਰਿਆਈ ਗੱਦੀ ਦੇ ਮਾਲਕ ਹੋਣਗੇ ਔਰ ਇਹਨਾਂ ਦੇ ਘਰ ਵਿੱਚ ਜਿਹੜੇ ਸਾਹਿਬ ਜਾਦਾ ਪ੍ਰਗਟ ਹੋਣਗੇ ਮਹਾਨ ਜਸ ਗੁਰੂ ਘਰ ਦਾ ਫੈਲਾਉਣਗੇ ਸੰਸਾਰ ਵਿੱਚ ਕਰਤ ਸਭਨ ਤੇ ਕੀਰਤ ਸਨੋ ਇਸੇ ਕਰਕੇ ਹੀ ਅਸੀਂ ਬੜੇ ਜਸ ਦੇ ਸਮੇਤ ਇਹਨਾਂ ਦਾ ਸਾਰੇ ਦੂਸਰੇ ਜਿਹੜੇ ਸਾਡੇ ਸਾਹਿਬ ਜਿਹਾ ਦਾ ਹਨ ਗੁਰਦਿੱਤਾ ਜੀ ਸੂਰਜ ਮੱਲ ਜੀ ਅਣੀ ਰਾਏ ਤੇ ਅਟਲ ਰਾਏ ਜੀ ਉਹਨਾਂ ਨਾਲੋਂ ਇਹਨਾਂ ਦਾ ਵੱਧ ਸਤਿਕਾਰ ਆਪਣੇ ਛੋਟੇ ਸਾਹਿਬਜ਼ਾਦਾ ਸ੍ਰੀ ਤਿੱਗ ਬਹਾਦਰ ਜੀ ਦਾ ਕਰਦੇ ਹਾਂ ਇਸਕੇ ਪਿਤਾ ਅਸ ਸਾਚ ਉਹ ਬਾਚੀ ਤੇ ਇਸ ਪ੍ਰਕਾਰ ਮਾਤਾ ਨਾਨਕੀ ਜੀ ਨੇ ਬਾਬਾ ਬਕਾਲਾ ਸਾਹਿਬ ਨਗਰ ਵਿੱਚ ਭਾਈ ਮੱਖਣ ਸ਼ਾਹ ਜੀ ਦੇ ਪਾਸ ਆਪਣੇ ਸੁਪੁੱਤਰ ਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਤ ਕਿਹਾ ਹੈ ਕਿ ਭਾਈ ਮੱਖਣ ਸ਼ਾ ਇਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਬਾਰੇ ਜਦੋਂ ਇਹ ਛੋਟੀ ਅਵਸਥਾ ਵਿੱਚ ਸਨ ਪਹਿਲਾਂ ਹੀ ਇਹਨਾਂ ਨੇ ਜੋ ਇਹਨਾਂ ਦੇ ਪਿਤਾ ਜੀ ਨੇ ਬਚਨ ਕਰ ਦਿੱਤੇ ਸਨ ਸੱਚੇ ਕਰਵ ਪ੍ਰਤੀਛਨ ਰੁਚਮੈ ਰਾਚੀ ਤੇ ਇਹਨਾਂ ਦੇ ਜੋ ਮੇਰੇ ਪਤੀ ਸਤਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਹੇ ਹੋਏ ਬਚਨ ਹਨ ਉਨ੍ਹਾਂ ਬਚਨਾਂ ਦੇ ਅਨੁਸਾਰ ਮੈਂ ਸਮੇਂ ਦੀ ਉਡੀਕ ਕਰਦੀ ਰਹੀ ਹਾਂ ਇਹੋ ਮਨ ਮੇਰੇ ਮਨ ਵਿੱਚ ਰੁਚੀ ਬਣੀ ਰਹੀ ਹੈ ਮੈਂ ਬੈ ਤੇ ਅਬ ਬਿਰਦਾ ਭਈ ਤੇ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਨੂੰ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦੱਸ ਰਹੇ ਹਨ ਕਿ ਮੈਂ ਹੁਣ ਅਵਸਥਾ ਵਿੱਚ ਬਹੁਤੀ ਬਿਰਧ ਹੋ ਗਈ ਹਾਂ ਕਬਸੋ ਸਮਾ ਇਸ ਸੁਤ ਜਨਮਈ ਤੇ ਕਦੋਂ ਸਮਾ ਆਵੇਗਾ ਜਦੋਂ ਇਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿੱਚ ਇਹਨਾਂ ਦੇ ਪੁੱਤਰ ਜੀ ਪ੍ਰਗਟ ਹੋਣਗੇ ਤੇ ਉਹਨਾਂ ਦੇ ਮੈਂ ਦਰਸ਼ਨ ਕਰਾਂਗੀ ਕਿਉਂਕਿ ਸੋ ਮੇਰੇ ਪਤੀ ਦੇਵ ਸਤਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਹੈ ਕਿ ਤੁਹਾਨੂੰ ਆਪਣੇ ਪੋਤਰੀ ਦੇ ਦਰਸ਼ਨ ਵੀ ਹੋਣਗੇ ਤਿਨ ਕੋ ਬਾਕ ਹੋਏ ਸਦ ਸਾਚੇ ਇਸ ਲਈ ਇਹਨਾਂ ਦੇ ਪਿਤਾ ਸਤਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਹੇ ਹੋਏ ਸਾਰੇ ਬਚਨ ਸਦਾ ਹੀ ਸੱਚੇ ਹੁੰਦੇ ਹਨ ਸਤ ਸੰਤ ਨਿਤ ਸਤ ਮਹ ਨਿਤ ਸਤ ਮਹ ਰਾਚੇ ਤੇ ਇਹ ਸਦਾ ਹੀ ਸੱਚ ਵਿੱਚ ਮਿਲਾਉਣ ਵਾਲੇ ਨੇ ਇਹਨਾਂ ਦੇ ਪਿਤਾ ਸਤਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਤੇ ਜਿਹੜੇ ਉਹਨਾਂ ਦੇ ਬਚਨਾਂ ਅਨੁਸਾਰ ਚੱਲਦੇ ਹਨ ਨੇ ਨੇਤੇ ਹੀ ਉਹ ਸੱਚ ਸਰੂਪ ਪਰਮੇਸ਼ਰ ਦੇ ਵਿੱਚ ਲੀਨ ਹੁੰਦੇ ਹਨ ਇੱਕ ਤਾ ਇਹ ਬਿਰਤਾਂਤ ਬਖਾਨਾ ਇੱਕ ਤਾ ਇਹ ਬਿਰਤਾਂਤ ਇਹਨਾਂ ਬਾਰੇ ਕਿਹਾ ਹੈ ਦੁਤੀਏ ਕਹੋ ਮੱਖਣ ਸੁਨ ਕਾਨਾ ਤੇ ਇਸ ਤਰ੍ਹਾਂ ਮਾਤਾ ਨਾਨਕੀ ਜੀ ਭਾਈ ਮੱਖਣ ਸ਼ਾਹ ਨੂੰ ਆਖਦੇ ਨੇ ਕਿ ਦੂਸਰਾ ਹੋਰ ਬਚਨ ਸੁਣਨਾ ਕਰ ਤੈਨੂੰ ਦੱਸਦੀ ਹਾਂ ਅੰਤ ਸਮਾ ਮੈਂ ਮੈਂ ਤਿਸ ਕਾਲ ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਪ ਜੋਤੀ ਜੋਤ ਸਮਾਉਣ ਲੱਗੇ ਸਨ ਅੱਗੇ ਆਪਣੇ ਪੋਤਰੇ ਬਾਬਾ ਗੁਰਦੇਤਾ ਜੀ ਦੇ ਪੁੱਤਰ ਗੁਰੂ ਹਰਰਾਏ ਜੀ ਨੂੰ ਗੁਰਿਆਈ ਬਖਸ਼ ਕੇ ਨਿਜ ਦਿਸਤੇ ਹੋਏ ਦੀਨ ਵਿਸਾਲ ਤਾਂ ਮੈਂ ਫਿਰ ਉਸ ਵੇਲੇ ਉਹਨਾਂ ਨੂੰ ਆਪਣੇ ਪਤੀ ਦੇਵ ਸਤਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋਤੀ ਜੋਤ ਸਮਾਉਣ ਲੱਗਿਆ ਜਾਣ ਕੇ ਆਪਣੀ ਵੱਲੋਂ ਬਹੁਤ ਹੀ ਨਿਮਰਤਾ ਨਿਰਮਾਣਤਾ ਦੇ ਸਹਤ ਹੋ ਕੇ ਉਸ ਵੇਲੇ ਬੇਨਤੀ ਕੀਤੀ ਉਹਨਾਂ ਦਾ ਸਰੀਰ ਤਿਆਗਣ ਦਾ ਅੰਤ ਸਮਝ ਜਾਣ ਕੇ ਹੱਥ ਜੋਰ ਕਰ ਆਗੈ ਖੜੀ ਉਹਨਾਂ ਦੇ ਸਨਮੁਖ ਦੋਵੇਂ ਹੱਥ ਜੋੜ ਕੇ ਮੈਂ ਖੜੀ ਹੋ ਕੇ ਬੇਨਤੀ ਕਰਨ ਲੱਗੀ ਖਰੀ ਰੀਤ ਮੈਂ ਬੇਨਤੀ ਕਰੀ ਇਸ ਤਰ੍ਹਾਂ ਭਲੇ ਤਰੀਕੇ ਨਾਲ ਬੜੇ ਨਿਮਰਤਾ ਸਹਿਤ ਬੇਨਤੀ ਕੀਤੀ ਕਰੀ ਸੁੰਡ ਜੈਸੇ ਪੂਜ ਦੰਡ ਔਰ ਜਿਨ੍ਹਾਂ ਦਾ ਸਰੂਪ કરી ਸੰਡ ਜੈਸੇ ਪੁੱਜ ਦੰਡ ਕਵੀ ਜੀ ਦੱਸਦੇ ਹਨ ਕਿ ਜਿਸ ਗੁਰੂ ਹਰਗੋਬਿੰਦ ਸਾਹਿਬ ਜਿੱਦਾ ਸਰੂਪ ਭਾਵ ਕਿ ਜਿਨ੍ਹਾਂ ਦੀਆਂ ਬਾਹਾਂ ਜੋ ਕਰੀ ਸੰਡ ਜੈਸੇ ਭਾਵ ਜੋ ਹਾਥੀ ਦੀਆਂ ਹਾਥੀ ਦੀ ਸੰਡ ਜੈਹੀਆਂ ਬਾਹਾਂ ਲੰਬੀਆਂ ਬਾਹਾਂ ਇਹ ਐਸੇ ਬਾਹੂ ਬਲ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਭੁਜਦੰਡ ਐਸੀਆਂ ਤਕੜੀਆਂ ਬਾਹਾਂ ਵਾਲੇ ਦੰਡ ਦੰਡ ਜੋ ਦੇਤ ਸ਼ਤਰ ਗਨਖੰਡ ਜਿਹੜੇ ਵੀ ਦੁਸ਼ਮਣੀ ਧਾਰ ਕਰਕੇ ਗੁਰੂ ਘਰ ਦੇ ਨਾਲ ਮੱਥਾ ਲਗਾਉਣ ਵਾਸਤੇ ਬੈਰੀ ਬਣ ਕੇ ਚੜ੍ਹ ਕੇ ਆਉਂਦੇ ਰਹੇ ਉਹਨਾਂ ਨੂੰ ਦੰਡ ਦੇ ਕੇ ਸਬਕ ਸਿਖਾਉਣ ਵਾਲੇ ਉਹਨਾਂ ਦੇ ਟੁਕੜੇ ਕਰਨ ਵਾਲੇ ਹੋਏ ਹਨ ਗੁਰੂ ਹਰਗੋਬਿੰਦ ਸਾਹਿਬ ਜੀ हे ਪ੍ਰਭ ਮੋਹ ਗਤੀ ਕਿਆ ਹੋਏ ਉਹਨਾਂ ਦੇ ਪਾਸ ਸਨਮੁਖ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਾਤਾ ਨਾਨਕੀ ਜੀ ਦੱਸਦੇ ਹਨ ਭਾਈ ਮੱਖਣ ਸ਼ਾਹ ਨੂੰ ਸ੍ਰੀ ਬਾਬਾ ਬਕਾਲਾ ਸਾਹਿਬ ਨਗਰ ਵਿਖੇ ਕਿ ਉਸ ਵੇਲੇ ਮੈਂ ਬੇਨਤੀ ਕੀਤੀ ਕੀਰਤਪੁਰ ਸਾਹਿਬ ਵਿੱਚ ਕਿ हे ਪਰਮੇਸ਼ਰ ਸਰੂਪ ਪਤੀ ਦੇਵ ਸਤਗੁਰੂ ਸਾਹਿਬ ਜੀਓ हे ਪ੍ਰਭ ਮੋਹ ਗਤੀ ਕਿਆ ਹੋਏ ਮੇਨੇ ਕੀ ਹਾਲ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਮੇਰੇ ਬਾਬਤ ਵੀ ਦੱਸੋ ਮੈਂ ਕੀ ਕਰਨਾ ਹੈ ਮਮਸੁੱਤ ਲਖੇ ਬਿਹਾਰ ਨਾ ਕੋਏ ਜੋ ਮੇਰਾ ਸੁਪੁੱਤਰ ਹੈ ਤੇਗ ਬਹਾਦਰ ਇਹ ਦੁਨਿਆਵੀ ਤੌਰ ਤੇ ਸਭ ਲੋਕ ਸਮਝਦੇ ਹਨ ਕਿ ਕਾਰ ਬਿਹਾਰ ਦੇ ਵਿੱਚ ਕੰਮ ਕਾਰ ਵਿੱਚ ਇਹ ਚਿੱਤ ਨਹੀਂ ਲਗਾਉਂਦੇ ਹਨ ਆਪ ਬਿਨਾ ਕੋ ਹਮਰੋ नाथ ਤੇ ਇਸ ਲਈ ਮਾਲਕ ਜੀਓ ਆਪ ਜੀ ਤੋਂ ਬਿਨਾ ਸਾਡਾ ਹੋਰ ਕੌਣ ਸਹਾਇਤਾ ਕਰਨ ਵਾਲਾ ਬਣੇਗਾ ਬਾਅਦ ਵਿੱਚ ਜਿਨ ਕੇ ਪੱਖੀ ਕੋਏ ਨਾ ਸਾਸ ਤੇ ਜਿਸ ਸਾਡੇ ਪੱਖ ਵਿੱਚ ਕੋਈ ਵੀ ਨਾਲ ਜੋ ਸਾਥ ਦੇਣ ਵਾਲਾ ਨਹੀਂ ਸਾਨੂੰ ਦਿਸੇਗਾ ਤੁਹਾਡੇ ਜਿਹਾ ਕਿਸਕੇ ਹਮ ਅਲੰਭ ਹੋਏ ਜੀਵ ਅਹੀਂ ਇਸ ਪ੍ਰਕਾਰ ਮੈਂ ਮਾਤਾ ਨਾਨਕੀ ਜੀ ਦੱਸਦੇ ਹਨ ਕਿ ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਤੁਹਾਡੇ ਤੋਂ ਬਿਨਾ ਕਿਸ ਦੇ ਆਸਰੇ ਸਾਡਾ ਜੀਵਨ ਹੋਏਗਾ ਜਬ ਨਿਰਾਸਰੇ ਤੁਮ ਤੇ ਥੀ ਵਹੀਂ ਜਦੋਂ ਤੁਹਾਡੇ ਆਸਰੇ ਤੋਂ ਅਸੀਂ ਬਿਨਾ ਆਸਰੇ ਤੋਂ ਹੋ ਜਾਵਾਂਗੇ ਗੁਰ ਦਿੱਤੇ ਕੇ ਸੁਤ ਹਰ ਰਾਏ ਤੇ ਉਸ ਮਿਲੇ ਸੋ ਇਸ ਤਰ੍ਹਾਂ ਬੇਨਤੀ ਕੀਤੀ ਕਿ ਆਪ ਜੀ ਨੇ ਤਾਂ ਗੁਰਦਿੱਤਾ ਜੀ ਦੇ ਪੁੱਤਰ ਹਰ ਰਾਏ ਸਾਹਿਬ ਜੀ ਨੂੰ ਗੁਰਗਾਦੀ ਪਰ ਦਏ ਟਿਕਾਏ ਆਪਣੀ ਜੋ ਗੁਰਿਆਈ ਗੱਦੀ ਦੇ ਉੱਪਰ ਟਿਕਾ ਦਿੱਤਾ ਸਭੈ ਮਾਨ ਕਰ ਦਿੱਤਾ ਹੈ ਪੁੱਤਰ ਸਰਲ ਕੀ ਮੈਂ ਹਉ ਮਾਤਾ ਤੇ ਜਿਨ੍ਹਾਂ ਦਾ ਬਾਕੀ ਦੇ ਹੋਰ ਸਿੱਖਾਂ ਵੱਲੋਂ ਤੇ ਸੰਗਤ ਵੱਲੋਂ ਜੋ ਇਸ ਆਪ ਜੀ ਦੇ ਪੁੱਤਰ ਜੀ ਦਾ ਤੇਗ ਬਹਾਦਰ ਜੀ ਦਾ ਸੁਭਾਅ ਕਿਹਾ ਜਾਂਦਾ ਹੈ ਕਿ ਬਹੁਤਾ ਹੀ ਇਹਨਾਂ ਦਾ ਸਿੱਧਾ ਸਾਦਾ ਸੁਭਾਅ ਹੈ ਪੁੱਤਰ ਸਰਲ ਕੀ ਮੈਂ ਹਾਂ ਮਾਤਾ ਇਹਨਾਂ ਦੀ ਮਾਤਾ ਹੈ ਮੈਂ ਜਿਸ ਵਿਵਹਾਰ ਕਸੂ ਨਹਿ ਜਾਤਾ ਤੇ ਜਿਸ ਬਾਬਤ ਜਾਣਿਆ ਜਾਂਦਾ ਹੈ ਹੋਰ ਸਭ ਸਿੱਖ ਸਮਝਦੇ ਨੇ ਕਿ ਇਹ ਦੁਨਿਆਵੀ ਤੌਰ ਤੇ ਕਾਰ ਬਿਹਾਰ ਦੀ ਸਮਝ ਨਹੀਂ ਰੱਖਦੇ। 라ਵਰ ਆਵ ਬਿਕੁੰਠ ਚਹ ਜਾਣੇ। ਆਪਜੀ ਤਾਂ ਹੁਣ ਸੱਚਖੰਡ ਗਮਨ ਕਰਨ ਲੱਗੇ ਹੋ। व्रतपालक ਥੇ ਸਦਾ ਮਹਾਨੇ। ਸਾਡੀ ਪਾਲਣਾ ਕਰਨ ਵਾਲੇ ਸੀ ਪਹਿਲਾਂ ਤੁਸੀਂ ਸਦਾ ਹੀ ਤੇਗ ਬਹਾਦਰ ਕੇ ਪਿਤ ਸੁਨ ਕੇ ਤੇ ਇਸ ਪ੍ਰਕਾਰ ਜਦੋਂ ਬੇਨਤੀ ਕੀਤੀ ਤਾਂ ਮਾਤਾ ਜੀ ਦੱਸਦੇ ਹਨ ਕਿ ਉਸ ਵੇਲੇ ਇਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਧੀਰਜ ਦੀਨ ਵੋਹੇ ਬਸ ਭਨ ਕੈ ਆਪ ਬਚਨ ਸੁਣਾ ਕੇ ਮੈਨੂੰ ਧੀਰਜ ਬਖਸ਼ਿਸ਼ ਕੀਤਾ ਮਹਿ ਚਿੰਤਾ ਕਰ ਤੂੰ ਕਿਸ ਭਾਂਤ ਬਚਨ ਆਖੇ ਕਿਹੇ ਸਮਤੇ ਤੂੰ ਕਿਸੇ ਪ੍ਰਕਾਰ ਵੀ ਆਪਣੇ ਚਿੱਤ ਵਿੱਚ ਆਪਣੇ ਇਸ ਪੁੱਤਰ ਸ੍ਰੀ ਤੇਗ ਬਹਾਦਰ ਜੀ ਬਾਰੇ ਚਿੰਤਾ ਨਾ ਕਰ ਸਭ ਗੁਣ ਕੀ ਨਿਧ ਹੈ ਤੁਮ ਤਾਤ ਇਹ ਜੋ ਤੇਰਾ ਪੁੱਤਰ ਹੈ ਨਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਅਪਰਥਾਨ ਫਿਰ ਕਰ ਗੁਰਿਆਈ ਤੇ ਹੋਰ ਥਾਂ ਤੇ ਵਿਚਰ ਕਰਕੇ ਜੋ ਗੁਰੂ ਘਰ ਦੀ ਵਡਿਆਈ ਗੁਰਤਾ ਗੱਦੀ ਹੈ ਇਸ ਨੂੰ ਸਮਾਂ ਪਾ ਕੇ ਪ੍ਰਾਪਤ ਹੋਵੇਗੀ ਪੁਨ ਆਵਹਿ ਤੁਝ ਘਰ ਬੜਿਆਈ ਤੇ ਤੇਰੇ ਘਰ ਵਿੱਚ ਇਹ ਗੁਰਿਆਈ ਦੀ ਵਡਿਆਈ ਆ ਮਿਲੇਗੀ ਸਭ ਹੀ ਨਮਹੇ ਤੋਹ ਢਿਗ ਆਏ ਤੇ ਤੇਰੇ ਪਾਸ ਆ ਕੇ ਸਭ ਸਿੱਖ ਸੰਗਤਾਂ ਨਮਸਕਾਰ ਕਰਿਆ ਕਰਨਗੀਆਂ ਕਿ ਤੂੰ ਗੁਰੂ ਮਹਾਰਾਜ ਸਾਹਿਬ ਜੀ ਦੀ ਪਤਨੀ ਵੀ ਹੈ ਔਰ ਆਪਣੇ ਪੁੱਤਰ ਗੁਰੂ ਜੀ ਦੀ ਮਾਤਾ ਵੀ ਹੈ ਇਸ ਪ੍ਰਕਾਰ ਤੈਨੂੰ ਸਮਝ ਕੇ ਕਿ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਹਨ ਇਸ ਲਈ ਬੜੇ ਹੀ ਸਤਕਾਰ ਸਹਿਤ ਸਿੱਖ ਸੰਗਤਾਂ ਤੁਹਾਡੇ ਪਾਸ ਆ ਕੇ ਨਮਸਕਾਰ ਕਰਿਆ ਕਰਨਗੀਆਂ ਕੋਈ ਨਾ ਕਰ ਸਕ ਹੈ ਸਮਤਾਏ ਤੇ ਤੁਹਾਡੇ ਜਸ ਔਰ ਤੁਹਾਡੇ ਪੁੱਤਰ ਦੀ ਜੋ ਵਡਿਆਈ ਦੇ ਬਰਾਬਰ ਕੋਈ ਵੀ ਬਰਾਬਰੀ ਨਹੀਂ ਕਰ ਸਕੇਗਾ ਨਿੰਦਕ ਮਤਸਰ ਕਰ ਪਛਤਾਵਹਿ ਤੇ ਜਿਹੜੇ ਨਿੰਦਕ ਲੋਕ ਹੈ ਨਾ ਜਿਹੜੇ ਮਤਸਰ ਈਰਖਾ ਕਰਦੇ ਨੇ ਉਹਨਾਂ ਨੂੰ ਵੀ ਬਾਅਦ ਵਿੱਚ ਪਛਤਾਉਣਾ ਹੀ ਪਏਗਾ ਭਾਵੇਂ ਉਹ ਈਰਖਾ ਕਰਦੇ ਹਨ ਪਛਤਾਪ ਕਰਨਗੇ ਖੀਰ ਨੂੰ ਪਛਤਾਉਣਾ ਪਏਗਾ ਉਹਨਾਂ ਨੂੰ ਜੋ ਪੂਜਯ ਹੈ ਸਭ ਬਾਣਛਤ ਪਾਵਹਿ ਤੇ ਜਿਹੜੇ ਇਹਨਾਂ ਦਾ ਸਤਕਾਰ ਕਰਿਆ ਕਰਨਗੇ ਉਹ ਮਨ ਇਛਤ ਫਲ ਪ੍ਰਾਪਤ ਕਰਨਗੇ ਇਸ ਪ੍ਰਕਾਰ ਕਹੈ ਮੁਝ ਹਰਖਾਵਾ ਤੇ ਇਸ ਪ੍ਰਕਾਰ ਮਾਤਾ ਨਾਨਕੀ ਜੀ ਦੱਸ ਰਹੇ ਹਨ ਭਾਈ ਮੱਖਣ ਸ਼ਾਹ ਨੂੰ ਕਿ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹਨਾਂ ਦੇ ਪਿਤਾ ਔਰ ਮੇਰੇ ਪਤੀ ਦੇਵ ਸਤਗੁਰੂ ਹਰਗੁਬਨ ਸਾਹਿਬ ਜੀ ਨੇ ਇਹ ਮੈਂ ਬਾਤ ਸੁਣਾ ਕਰਕੇ ਮੈਨੂੰ ਪ੍ਰਸੰਨ ਕੀਤਾ। ਕਿਰਪਾ ਦ੍ਰਿਸ਼ ਦੇਖੇ ਸੁਖ ਪਾਵਾ। ਤੇ ਕਿਰਪਾ ਦ੍ਰਿਸ਼ਟੀ ਨਾਲ ਦੇਖ ਕਰਕੇ ਸੁਖ ਬਖਸ਼ਿਸ਼ ਕੀਤਾ ਉਹਨਾਂ ਤੋਂ ਅਸੀਂ ਸੁਖ ਆਨੰਦ ਪਾਇਆ। ਵਾਮਸੁੱਤ ਪੇਤ ਕੋ ਜੋ ਅਸਬੈਨ। ਤੇ ਮੇਰੇ ਪੁੱਤਰ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੋ ਕਹੇ ਹੋਏ ਐਸੇ ਬਚਨ ਹਨ ਇਹ ਪੂਰੇ ਹੋਣੇ ਨੇ ਕਰਹੁ ਪ੍ਰਤੀਛਨ ਮੈਂ ਦਿਨ ਰੈਨ ਤੇ ਇਨ੍ਹਾਂ ਬਚਨਾਂ ਦੀ ਦਿਨ ਰਾਤ ਪੂਰੇ ਹੋਣ ਦੀ ਮੈਂ ਉਡੀਕ ਕਰਦੀ ਰਹੀ ਹਾਂ ਅਬ ਸੱਚਾ ਸੋ ਹੋਵਨ ਲੱਗਾ ਇਸ ਪ੍ਰਕਾਰ ਭਾਈ ਮੱਖਣ ਸ਼ਾਹ ਨੂੰ ਮਾਤਾ ਨਾਨਕੀ ਜੀ ਦੱਸ ਰਹੇ ਹਨ ਕਿ ਮੇਰੇ ਪਤੀ ਦੇਵ ਸਤਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿਹਾ ਹੋਇਆ ਬਚਨ ਹੁਣ ਸੱਚਾ ਹੁੰਦਾ ਹੋਇਆ ਮੈਂ ਦੇਖ ਰਹੀ ਹਾਂ ਤੂੰ ਮੋਹੇ ਸੁਤ ਦਿੜ ਬੈਰਾਗਾ ਤਾਂ ਵੀ ਮੈਂ ਵੇਖਦੀ ਆ ਕਿ ਮੇਰੇ ਇਹ ਪੁੱਤਰ ਗੁਰੂ ਤੇਗ ਬਹਾਦਰ ਜੀ ਬੜੇ ਹੀ ਦ੍ਰਿੜ ਵੈਰਾਗ ਦੇ ਸਮੇਤ ਮਸਤ ਸੁਭਾਅ ਵਿੱਚ ਹੀ ਰਹਿਣਾ ਕਰਦੇ ਹਨ ਗੁਪਤ ਇਕਾਂਤ ਵਿੱਚ ਧੀਰਮਲ ਤੇ ਆਦ ਸ਼ਰੀਕਾ ਔਰ ਜਿਹੜੇ ਧੀਰਮਲ ਆਦਿਕ ਹੋਰ ਵੀ ਸ਼ਰੀਕੇ ਵਾਲੇ ਸੋਢੀ ਲੋਕ ਹਨ ਇਹਨਾਂ ਦੀ ਬਰਾਬਰੀ ਕਰਨ ਦਾ ਨਕਲੀ ਗੁਰੂ ਬਣ ਕੇ ਉਹ ਯਤਨ ਕਰਦੇ ਹਨ ਕਰਤ ਦਵੇਸ਼ ਨਹਿ ਭਾਵਹਿ ਨੀਕਾ ਉਹ ਈਰਖਾ ਕਰਦੇ ਨੇ ਉਹਨਾਂ ਵੱਲੋਂ ਕੀਤੀ ਜਾਂਦੀ ਈਰਖਾ ਜੋ ਹੈ ਮੈਨੂੰ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਚੰਗਾ ਨਹੀਂ ਪ੍ਰਤੀਤ ਹੁੰਦਾ ਪ੍ਰਾਨ ਹਾਨ ਲਗ ਕਰਤ ਖੁਟਾਈ ਇਥੋਂ ਤੱਕ ਖੁਟਿਆਈ ਧੀਰਮਾਲ ਨੇ ਕੀਤੀ ਹੈ ਕਿ ਮੇਰੇ ਇਸ ਪੁੱਤਰ ਗੁਰੂ ਤੇਗ ਬਹਾਦਰ ਜੀ ਦਾ ਜੋ ਪ੍ਰਾਣਾਂ ਦਾ ਅੰਤ ਕਰਨ ਦਾ ਵੀ ਉਸਨੇ ਯਤਨ ਕੀਤਾ ਇਹਨਾਂ ਦੇ ਉੱਪਰ ਗੋਲੀ ਚਲਵਾ ਕੇ ਔਰ ਇਹਨਾਂ ਦੇ ਘਰ ਵਿੱਚੋਂ ਸਾਰਾ ਸਾਜ-ਸਮਾਨ ਲੁੱਟ ਕੇ ਲੈ ਗਿਆ ਸੀ ਜਵਾਲਾ ਬੰਮਣੀ ਕਹਿ ਚਲਵਾਈ ਤੇ ਕਹਿ ਕੇ ਗੋਲੀ ਇਹਨਾਂ ਉੱਪਰ ਚਲਵਾਈ ਸੀ ਧੀਰਮਲ ਨੇ ਸ਼ੀਹਾ ਮਸੰਦ ਆਪਣਾ ਭੇਜ ਕੇ ਤਿਸ ਕੋ ਪੀ ਹਿਤ ਬਤਨ ਹੀਰ ਤੇ ਇਹਨਾਂ ਦਾ ਸੁਭਾਅ ਹੁਣ ਤੁਸੀਂ ਮੱਖਣ ਸ਼ਾਹ ਵੇਖ ਹੀ ਲਿਆ ਨਾ ਕਿ ਉਹਨਾਂ ਦੀਆਂ ਗੱਲਾਂ ਜੋ ਇਹਨਾਂ ਦਾ ਨਿਰਾਦਰ ਕਰਨ ਦੀਆਂ ਵੀ ਵੇਖੀਆਂ ਨੇ ਤੇ ਫਿਰ ਵੀ ਇਹ ਉਹਨਾਂ ਦਾ ਭਲਾ ਹੀ ਸੋਚਦੇ ਹਨ ਫੇਰ ਇਹ ਕੌਣ ਕਹੈ ਬਹੁ ਬੇਰ ਤੇ ਇਹਨਾਂ ਨੂੰ ਕੌਣ ਬਹੁਤੀ ਵਾਰ ਆਖ ਕੇ ਮੋੜ ਨਾ ਕਰੇ ਐਸਾ ਸੁਭਾ ਕਰਨ ਤੋਂ ਔਰ ਜਿਹੜੇ ਦੁਖੀ ਨੇ ਗੁਰੂ ਘਰ ਦੇ ਉਹਨਾਂ ਦੇ ਵੀ ਭਲੇ ਵਾਸਤੇ ਹੀ ਇਹ ਬਚਨ ਕਰ ਰਹਿਆ ਇਹਨਾਂ ਨੇ ਤਾਂ ਇਹ ਵੀ ਬਚਨ ਕਹਿ ਦਿੱਤੇ ਜਿਹੜੀਆਂ ਵਸਤੂਆਂ ਮੱਖਣ ਸ਼ਾਹ ਤੋਂ ਧੀਰਮਲ ਦੇ ਡੇਰਿਓਂ ਲਿਆਂਦੀਆਂ ਨਾ ਗੁਰੂ ਘਰ ਦੀਆਂ ਖੜੀਆਂ ਹੋਈਆਂ ਉਹਨੂੰ ਵਾਪਸ ਕਰਿਆ ਉਹਦੇ ਘਰ ਵਿੱਚ ਉਹ ਖੁਸ਼ ਹੋ ਜਾਵੇ ਜੇ ਉਹ ਵਸਤੂਆਂ ਗੁਰੂ ਘਰ ਦੀਆਂ ਸੰਗਤ ਵੱਲੋਂ ਕਾਰ ਪੇਟਾ ਦੀਆਂ ਪ੍ਰਾਪਤ ਕਰਕੇ ਖੁਸ਼ ਹੋਣਾ ਚਾਹੁੰਦਾ ਫੇਰੇ ਕੌਣ ਕਹੈ ਬਹੁ ਬੇਰ ਬਹੁਤੀ ਵਾਰ ਇਹਨਾਂ ਨੂੰ ਆਖ ਕੇ ਕੌਣ ਹਟਾਵੇ ਐਸੇ ਬਚਨ ਕਰਨ ਤੋਂ ਧੀਰਮਲ ਕੋ ਵੱਡੋ ਸਮਾਜ ਤੇ ਜੋ ਧੀਰਮਲ ਹੈ ਉਸ ਦੇ ਪਾਸ ਤਾਂ ਉਸ ਦੇ ਡੇਰੇ ਵਿੱਚ ਉਸ ਦੇ ਘਰ ਵਿੱਚ ਵੀ ਬਹੁਤ ਸਾਜੋ-ਸਮਾਨ ਹੈ ਧਨ-ਦੌਲਤ ਵਿਪੂਤੀ ਬਹੁਤ ਹੈ ਸਰਬ-ਸਮਰਿੱਧ ਤਾਂ ਹੀ ਘਰ ਆਜ ਅੱਜ ਤਾਂ ਉਸ ਦੇ ਘਰ ਵਿੱਚ ਸਭ ਤਰ੍ਹਾਂ ਦੀ ਧਨ-ਦੌਲਤ ਵੇਖਣ ਨੂੰ ਮਿਲਦੀ ਹੈ ਹਮਰੋ ਜੇਤਕ ਅਹ ਹੈ ਗੁਜ਼ਾਰਾ ਤੇ ਜਿੰਨਾ ਕੋ ਸਾਡੇ ਪਾਸ ਜੋ ਧਨ ਪਦਾਰਥ ਹੈ ਤਾਂ ਗੁਜ਼ਾਰੇ ਵਾਸਤੇ ਹੀ ਹੈ ਸੋ ਨੀਕੇ ਤੈ ਦ੍ਰਿਗਨ ਨਿਹਾਰਾ ਤੇ ਭਾਈ ਮੱਖਣ ਸ਼ਾ ਉਹ ਤਾਂ ਤੂੰ ਆਪਣੇ ਨੇਤਰਾਂ ਨਾਲ ਦੇਖ ਹੀ ਲਿਆ ਨਾ ਕਿੰਨਾ ਕੋ ਇਹ ਸੰਗਤਾਂ ਦੇ ਕੋਲੋਂ ਬਹੁਤਾ ਆਪਣਾ ਜਸ ਕਰਾਉਣਾ ਚਾਹੁੰਦੇ ਹਨ ਤਉ ਸੰਤੋਸ਼ ਸਹਿਤ ਸੁਤ ਮੇਰਾ ਕਾਮੀ ਇਹ ਮੇਰੇ ਪੁੱਤਰ ਜੀ ਜੋ ਸਦਾ ਹੀ ਸੰਤੋਖ ਦੇ ਸਹਿਤ ਹੀ ਰਹਿੰਦੇ ਹਨ ਭਾਵੇਂ ਕਿ ਧੀਰਮਲ ਨੂੰ ਗੁਰੂ ਘਰ ਦੀ ਵਟਿਆਈ ਵੀ ਨਹੀਂ ਪ੍ਰਾਪਤ ਹੋਈ ਤਾਂ ਵੀ ਉਹ ਸੰਗਤਾਂ ਨੂੰ ਪ੍ਰੇਰ ਕੇ ਆਪਣੇ ਮਸੰਦਾਂ ਨੂੰ ਧਨ ਪਦਾਰਥ ਦੇ ਕੇ ਉਹਨਾਂ ਦੇ ਰਾਹੀਂ ਸੰਗਤਾਂ ਨੂੰ ਪਰਮਾਗ ਕੀ ਆਪਣੇ ਪਾਸ ਹੀ ਗੁਰੂ ਘਰ ਵਾਲੀਆਂ ਭੇਟਾਵਾਂ ਧਨ ਦੌਲਤ ਇਕੱਠਾ ਕਰੀ ਜਾਂਦਾ ਏ ਪਰ ਇਹ ਸਬਰ ਸੰਤੋਖ ਦੇ ਸਹਿਤ ਹੀ ਰਹਿ ਰਹੇ ਹਨ ਫਿਰ ਬਾਉ ਵਿਚ ਕਹੇ ਦਰਬ ਕਨੇਰਾ ਤੇ ਬਹੁਤੀ ਵਾਰ ਇਹਨਾਂ ਨੇ ਤੈਨੂੰ ਆਖਿਆ ਮੱਖਣ ਸ਼ਾ ਕਿ ਜੋ ਗੁਰੂ ਘਰ ਵਾਲਾ ਇਹ ਧਨ ਹੈ ਨਾ ਜੋ ਧੀਰਮਲ ਪਾਸੋਂ ਲੈਂਦਾ ਹੈ ਉਸ ਨੂੰ ਮੋੜਿਆ ਇਹਨਾਂ ਕਿਹਾ ਤ੍ਰਿਸ਼ਨਾ ਅਗਨ ਲੱਗੀ ਤਿਨ ਘਰ ਕੋ ਤੇ ਧੀਰਮਲ ਦੇ ਘਰ ਵਿੱਚ ਤਾਂ ਤ੍ਰਿਸ਼ਨਾ ਦੀ ਅਗ ਹੀ ਜਾਣ ਕੇ ਲੱਗੀ ਹੋਈ ਹੈ ਚਹੇ ਦਰਬ ਨਿਤ ਸ਼ਾਂਤ ਨਾ ਉਰ ਕੋ ਤੇ ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਧਨ ਪਦਾਰਥ ਦੀ ਇੱਛਾ ਬਣੀ ਰਹਿੰਦੀ ਹੈ ਮਾਨ ਵਿੱਚ ਕਦੇ ਵੀ ਸ਼ਾਂਤੀ ਨਹੀਂ ਆਉਂਦੀ ਚਾਹੁੰਦੇ ਰਹਿੰਦੇ ਹਨ ਕਿ ਧਨ ਹੀ ਮਿਲ ਜਾਵੇ ਹੋਰ ਧਨ ਮਿਲੇ ਕਿਸੇ ਪ੍ਰਕਾਰ ਵੀ ਤ੍ਰਿਪਤੀ ਨਹੀਂ ਉਹਨਾਂ ਨੂੰ ਹੋ ਰਹੀ ਜਿਵੇਂ ਇਹ ਕਹੇ ਮਾਨਵੋ ਸੋ ਤੇ ਇਸ ਲਈ ਭਾਈ ਮੱਖਣ ਸ਼ਾ ਐਵੇਂ ਮਾਤਾ ਨਾਨਕੀ ਜੀ ਜੋ ਕਹਿ ਰਹੇ ਦੱਸ ਰਹੇ ਹਨ ਭਾਈ ਮੱਖਣ ਸ਼ਾ ਨੂੰ ਕਿ ਭਾਈ ਮੱਖਣ ਸ਼ਾਹ ਜੋ ਇਹਨਾਂ ਦੇ ਕਹੇ ਹੋਏ ਬਚਨ ਹਨ ਨਾ ਮੰਨਣ ਯੋਗ ਹਨ ਉਹ ਮੰਨਣੇ ਚਾਹੀਦੇ ਜਿਵੇਂ ਤੈਨੂੰ ਆਖਦੇ ਹਨ ਉਸ ਅਨਸਾਰ ਹੀ ਕਰ ਚੱਲਹਿ ਨਹੀਂ ਬਸ ਹਮਰੋ ਕੋ ਤੇ ਇਸ ਲਈ ਜਾਣ ਲੈ ਕਿ ਆਪਣਾ ਵਸ ਨਹੀਂ ਇਹਨਾਂ ਅੱਗੇ ਚੱਲ ਸਕਦਾ ਇਹ ਗੁਰਤਾ ਗੱਦੀ ਦੇ ਮਾਲਕ ਹਨ ਇਹਨਾਂ ਦਾ ਕਿਹਾ ਹੋਇਆ ਬਚਨ ਕਮਾਉਣਾ ਚਾਹੀਦਾ ਇਸ ਵਿੱਚ ਹੀ ਸਾਡਾ ਭਲਾ ਹੋਵੇਗਾ ਇਮ ਕਹ ਜਨਨੀ ਢੋਰਤ ਲੋਚਨ ਤੇ ਇਸ ਤਰ੍ਹਾਂ ਬਚਨ ਆਖ ਕੇ ਆਪਣੇ ਨੇਤਰਾਂ ਤੋਂ ਪ੍ਰੇਮ ਵੈਰਾਗ ਦਾ ਜਲ ਮਾਤਾ ਨਾਨਕੀ ਜੀ ਨੇ ਵਹਾਉਣਾ ਕੀਤਾ ਅਸਮੰਜਸ ਲਖ ਕਰਤੀ ਸੋਚਨ ਤੇ ਇਸ ਤਰ੍ਹਾਂ ਜੋ ਖਿਆਲ ਜਾੜਿਆ ਹੈ ਮਾਤਾ ਨਾਨਕੀ ਜੀ ਨੇ ਕਿ ਜਿਹੜੇ ਗੁਰੂ ਘਰ ਦੇ ਦੋਖੀ ਨੇ ਉਹਨਾਂ ਵੱਲੋਂ ਗੁਰੂ ਘਰ ਦਾ ਹੀ ਲੁੱਟਿਆ ਹੋਇਆ ਜੋ ਸਮਾਨ ਹੈ ਮੱਖਣ ਸ਼ਾਹ ਨੇ ਉਹਨਾਂ ਦੇ ਡੇਰਿਓਂ ਲਿਆਂਦਾ ਤੇ ਇਹ ਵਾਪਸ ਕਰਾਉਣਾ ਚਾਹੁੰਦੇ ਹਨ ਇਹ ਤਾਂ ਇਸ ਤਰ੍ਹਾਂ ਕਰਨਾ ਨਹੀਂ ਬਣਦਾ ਇਵੇਂ ਸੋਚ ਕੇ ਮਾਤਾ ਜੀ ਚਿੰਤਾ ਕਰ ਰਹੇ ਮਮਸੁਤ ਤਿਨ ਕੋ ਕਰਹਿ ਭਲੇਰਾ ਤੇ ਇਸ ਪ੍ਰਕਾਰ ਫਿਰ ਬਚਨ ਮਾਤਾ ਨਾਨਕੀ ਜੀ ਨੇ ਸੁਣਾਇਆ ਹੈ ਕਿ ਮੇਰੇ ਇਹ ਪੁੱਤਰ ਗੁਰੂ ਤੇਗ ਬਹਾਦਰ ਜੀ ਸਦਾ ਹੀ ਜਿਹੜੇ ਗੁਰੂ ਘਰ ਦੇ ਦੋਖੀ ਐ ਉਹਨਾਂ ਦਾ ਵੀ ਪਲਾਹੀ ਕਰਦੇ ਚਿਤਵਦੇ ਹਨ ਤਨ ਮਦ ਤੇ ਸੋਕ੍ਰਿਤ ਅਗ ਕੇਰਾ ਤੇ ਉਹ ਜਿਹੜਾ ਧੀਰਮਲ ਐ ਔਰ ਉਸ ਦਾ ਜੋ ਮਸੰਦ ਐ ਸ਼ੀਹਾ ਮਸੰਦ ਤਨ ਦੇ ਹੰਕਾਰ ਕਰਕੇ ਉਹ ਪਾਪ ਕਰਮ ਕਰਨ ਵਾਲੇ ਜੋ ਐਸੇ ਕੁਕਰਮ ਕਰਨ ਦਾ ਖਿਆਲ ਰੱਖਦੇ ਸਦਾ ਤੂਸਨ ਜਨਨੀ ਨੇ ਤਬਠਾਨਾ ਇਸ ਤਰ੍ਹਾਂ ਵਚਨ ਪਾਈ ਮੱਖਣ ਸ਼ਾ ਨੂੰ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਬਚਨ ਸੁਣਾ ਕੇ ਫਿਰ ਮਾਤਾ ਨਾਨਕੀ ਜੀ ਚੁੱਪ ਹੋਏ ਬੰਮ ਸੁਤ ਬਚਿਓ ਇਹੀ ਬੜ ਜਾਨਾ ਇਸ ਤਰ੍ਹਾਂ ਬਚਨ ਆਖਿਆ ਪਾਈ ਮੱਖਣ ਸ਼ਾ ਮੈਂ ਤਾਂ ਆਪਣੇ ਮਨ ਵਿੱਚ ਸਮਝਦੀ ਹਾਂ ਕਿ ਧੀਰਮਲ ਵੱਲੋਂ ਸਿੰਘਾਂ ਮਸੰਦ ਨੂੰ ਭੇਦ ਕੇ ਇਹਨਾਂ ਉੱਪਰ ਗੋਲੀ ਚਲਾਈ ਹੈ ਤੇ ਜਿਸ ਕਰਕੇ ਜੋ ਉਹਦਾ ਯਤਨ ਜਿਹੜਾ ਹੈ ਸਫਲਾ ਨਹੀਂ ਹੋ ਸਕਿਆ ਇਹ ਫਿਰ ਵੀ ਬਚੇ ਰਹੇ ਹਨ ਇਹੋ ਹੀ ਵੱਡੀ ਵਡਿਆਈ ਇਸ ਵਿੱਚ ਮੈਂ ਸਮਝਦੀ ਹਾਂ ਇਮ ਬੋਲ ਸੁਣਤੇ ਗੁਰਧਾਮ ਤੇ ਗੁਰੂ ਕਾ ਮਹਾਰਾਜ ਸੱਚੇ ਪਾਤਸ਼ਾਹ ਸੁਖਾਂ ਦੇ ਘਰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਵੇਂ ਬਚਨ ਸੁਣਨਾ ਕੀਤੇ ਹਨ ਆਪਣਾ ਮਾਤਾ ਜੀ ਪਾਸੋਂ ਬੀਤੀ ਤਬਹੇ ਜਾਮਨੀ ਜਾਮਾ ਔਰ ਭਾਈ ਮੱਖਣ ਸ਼ਾਹ ਨੇ ਵੀ ਮਾਤਾ ਨਾਨਕੀ ਜੀ ਦੇ ਮੁਖ ਤੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਵਡਿਆਈ ਦੇ ਔਰ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਹੇ ਹੋਏ ਬਾਕ ਜੋ ਵਿਡਿਆਈ ਵਿੱਚ ਸਤਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸਤਗੁਰਾਂ ਨੇ ਸੁਣਾਏ ਸਨ ਉਹ ਸੁਣੇ ਨੇ ਔਰ ਬਚਨ ਮੰਨਣ ਵਿੱਚ ਖਿਆਲ ਕੀਤਾ ਭਾਈ ਮੱਖਣ ਸ਼ਾਹ ਨੇ ਕਿ ਮੈਂ ਤਾਂ ਬੇਨਤੀਆਂ ਸਤਗੁਰੂ ਜੀ ਨੂੰ ਕੀਤੀਆਂ ਕਿ ਸਤਗੁਰੂ ਸੱਚੇ ਪਾਤਸ਼ਾਹ ਜਿਹੜੇ ਗੁਰੂ ਘਰ ਦੇ ਦੁਖੀ ਹੈ ਉਹਨਾਂ ਨੇ ਗੁਰੂ ਘਰ ਦਾ ਹੀ ਸਮਾਨ ਲੁੱਟਿਆ ਹੈ ਉਹਨਾਂ ਨੂੰ ਨਹੀਂ ਵਾਪਸ ਦੇਣਾ ਚਾਹੀਦਾ ਤੇ 시ਹ ਮਸੰਦ ਨੂੰ ਮੈਂ ਬੰਨ ਕੇ ਲਿਆਂਦਾ ਐ ਇਹਨੂੰ ਜੋ ਵੀ ਸਜ਼ਾ ਦੇਣੀ ਹੈ ਤੁਸੀਂ ਦਿਓ ਜਿਸ ਕਰਕੇ ਅਗਾਮਾਸਤੇ ਗੁਰੂ ਘਰ ਦੇ ਉੱਪਰ ਹਮਲਾ ਕਰਨ ਦੀ ਇੱਛਾ ਇਹ ਨਾ ਕਰੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹਨਾਂ ਨੂੰ ਵੀ ਛੱਡ ਦੇ 시ਹ ਮਸੰਦ ਨੂੰ ਵੀ ਛੱਡ ਦੇ ਔਰ ਜਿਹੜਾ ਸਮਾਨ ਲੁੱਟ ਕੇ ਖੜਿਆ ਸੀ ਸਾਰਾ ਉਹਨਾਂ ਦੇ ਡੇਰੇ ਮੋੜਿਆ ऐसे वचन सतगुरु महाराज सचे पादशाह जी ने कीते ਹਨ ਔਰ ਮਾਤਾ ਜੀ ਵੱਲੋਂ ਕਹੇ ਹੋਏ ਬਚਨ ਸੁਣੇ ਹਨ ਭਾਈ ਮੱਖਣ ਸ਼ਾਹ ਨੇ ਇਥੋਂ ਤੱਕ ਸਾਧ ਸੰਗਤ ਸਮੇਂ ਅਨੁਸਾਰ ਪ੍ਰਸੰਗ ਦੀ ਵਿਚਾਰ ਹੋਈ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਅਗਾ ਹਵਾਸਤੇ ਸਤਿਗੁਰੂ ਮਹਾਰਾਜ ਸचे पादशाह ਔਰ ਗੁਰੂ ਕੀ ਸੰਗਤ ਸਮਤ ਬਖਸ਼ਣ ਹਾਰ ਹੋ ਅੱਗੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ ਜੀ ਤੂਸਨ ਜਨਨੀ ਨੇ ਤਬ ਠਾਨਾ ਮਾਮ ਸੁਤ ਬਚਿਓ ਇਹੀ ਵੱਡ ਜਾਨਾ ਇਮ ਬੋਲਤ ਸੁਨਤੇ ਗੁਰ ਧਾਮਾ ਬੀਤੀ ਤਬਹਿ ਜਾਮਨੀ ਜਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ